ਭਾਰਤ ਨੂੰ ਮਾਤਾ ਕਹਿੰਦੇ ਹਾਂ, ਨਾਲੇ ਮਾਤਾ ਦਾ ਦਰਜਾ ਦਿੰਦੇ ਹਾਂ। ਇਹ ਇੱਥੇ ਕੁੜੀਆਂ ਦੇ ਹਾਲਾਤ ਆ ਵੀ ਲੇਡੀਜ਼ ਵੀ ਰਾਤ ਨੂੰ ਕਿਤੇ ਇਕੱਲੀਆਂ ਨਹੀਂ ਜਾਂਦੀਆਂ, ਕਾਰ 'ਚ ਵੀ ਜਾਣਗੇ, ਉਹ ਨਾਲ ਇੱਕ ਜੈਂਟਸ ਨੂੰ ਪ੍ਰੈਫਰ ਕਰਨਗੇ। ਜਿਸ ਤਰ੍ਹਾਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਉਸਨੂੰ ਫਾਂਸੀ ਦਿੱਤੀ ਜਾਵੇ, ਕੀ ਇਸਦੇ ਵਿੱਚ ਫਾਂਸੀ ਦੀ ਵੀ ਸਜ਼ਾ ਹੋ ਸਕਦੀ? ਧਾਰਾ 66 ਨੰਬਰ ਹੈ ਜਿਹੜੀ, ਇਹਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਕਿ ਤੁਹਾਨੂੰ ਡੈਥ ਸੈਂਟੈਂਸ ਵੀ ਮਿਲ ਸਕਦੀ ਹੈ। ਰੇਪ ਕਿਹਨੂੰ ਕਹਿੰਦੇ ਆ, ਇਹਦੇ ਵਿੱਚ ਵੀ ਤੁਹਾਡੀ ਜਿਹੜੀ ਹੈਗੀ ਹੈ ਨੈਚੁਰਲ ਲਾਈਫ ਜਿਹੜੀ ਹੈਗੀ ਹੈ ਰਿਮੈਂਡਰ, ਇਹਦੇ 'ਚ ਡੈਥ ਪਨਿਸ਼ਮੈਂਟ ਤਾਂ ਨਹੀਂ ਹੈਗੀ। ਜਦਕਿ ਅਸੀਂ ਤਾਂ ਮੰਨਦੇ ਹਾਂ ਵੀ ਕਈ ਗੈਂਗਰੇਪ ਕੋਈ ਇਹੋ ਜਿਹਾ ਹੁੰਦਾ ਕਿ ਉਹਦੇ 'ਚ ਡੈਥ ਪਨਿਸ਼ਮੈਂਟ ਹੋਣੀ ਚਾਹੀਦੀ ਸੀ ਸੈਕਸ਼ਨ 70 ਦੇ ਵਿੱਚ। ਹਾਂ, ਜਦ ਤੱਕ ਉਹਦੀ ਡੈਥ ਨਹੀਂ ਹੁੰਦੀ ਉਦੋਂ ਤੱਕ ਉਹਨੂੰ ਅੰਦਰ ਹੀ ਰਹਿਣਾ ਪਊਗਾ। ਇਹੋ ਜਿਹੀ ਅਣਸੁਖਾਵੀ ਘਟਨਾ ਵਾਪਰੀ ਹੈ ਅਤੇ ਉੱਥੇ ਜ਼ਰੂਰੀ ਨਹੀਂ ਹੈਗੀ ਤੁਸੀਂ ਉਹ ਪੁਲਿਸ ਸਟੇਸ਼ਨ ਹੀ ਜਾਊਗੀ ਅਤੇ ਲਿਖਾਊਗੀ, ਪੁਲਿਸ ਨੂੰ ਉਹਦੇ ਘਰ ਆ ਕੇ ਬਿਆਨ ਲੈਣਾ ਪਊਗਾ, ਜਾਂ ਜਿਹੜਾ ਵੀ ਪਲੇਸ ਉਹ ਕੰਫਰਟੇਬਲ ਮਹਿਸੂਸ ਕਰਦੀ ਆ ਉੱਥੇ ਜਾ ਕੇ ਪਰਦੇ ਦੇ ਵਿੱਚ ਉਹਦਾ ਬਿਆਨ ਲੈਣਾ ਚਾਹੀਦਾ ਪਊਗਾ। ਜੇ ਉਹ ਚਾਹੇ ਵੀ ਮੈਜਿਸਟਰੇਟ ਕੋਲੇ ਕਰਾਉਣੀ ਆ ਤਾਂ ਉਹਨੂੰ ਪਰਦੇ 'ਚ ਜਾ ਕੇ ਮੈਜਿਸਟਰੇਟ ਕੋਲ ਵੀ ਉਹਦਾ ਬਿਆਨ ਕਰਾਇਆ ਜਾਂਦਾ। ਇਹ ਜ਼ਰੂਰੀ ਨਹੀਂ ਹੈ ਕਿ ਉਹਨੂੰ ਹਰ ਟਾਈਮ ਉੱਥੇ ਪੁਲਿਸ ਸਟੇਸ਼ਨ ਹੀ ਜਾਣਾ ਪਵੇ। ਮੈਂਟਲ ਇਫੈਕਟ ਜਿਹੜਾ ਉਹ ਬਹੁਤ ਹੁੰਦਾ, ਕਿਉਂਕਿ ਜਿਹੜਾ ਰੇਪ ਦਾ ਟਰੋਮਾ ਹੁੰਦਾ ਨਾ ਉਹ ਲੜਕੀਆਂ ਬਹੁਤ, ਈਵਨ ਮੋਲੈਸਟੇਸ਼ਨ ਕੇਸ ਦਾ ਵੀ ਟਰੋਮਾ ਜਿਹੜਾ ਹੁੰਦਾ ਉਹ ਬੜਾ ਦੇਰ ਤੱਕ ਚੱਲਦਾ, ਡਿਪਰੈਸ਼ਨ 'ਚ ਰਹਿੰਦੀਆਂ ਲੜਕੀਆਂ। ਠੀਕ ਹੈ, ਇੰਡੀਆ ਦੇ ਵਿੱਚ ਇੱਕ ਰੇਪ ਕੇਸ ਨੂੰ ਲੈ ਕੇ, ਇੱਕ ਮਰਡਰ ਨੂੰ ਲੈ ਕੇ ਲਗਾਤਾਰ ਤੜਥੱਲੀ ਮੱਚੀ ਹੋਈ ਹੈ, ਹਰ ਜਗ੍ਹਾ ਦੇ ਉੱਤੇ ਉਸ ਚੀਜ਼ ਦੀ ਗੱਲ ਹੋ ਰਹੀ ਹੈ, ਪਰ ਕੁੜੀਆਂ ਦੇ ਨਾਲ ਰੇਪ ਕਿਉਂ ਜ਼ਿਆਦਾ ਵਧੀ ਜਾ ਰਹੇ ਨੇ ਅਤੇ ਉਸਦੇ ਕੀ ਕਾਨੂੰਨ ਨੇ, ਕੀ ਸਜ਼ਾਵਾਂ ਹੋ ਸਕਦੀਆਂ ਨੇ ਉਹਨਾਂ ਆਰੋਪੀਆਂ ਨੂੰ ਜੋ ਕੁੜੀਆਂ ਦੇ ਨਾਲ ਇਹ ਦਰਿੰਦਗੀ ਕਰਦੇ ਨੇ? ਇਹ ਪੂਰੀ ਗੱਲਬਾਤ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਐਡਵੋਕੇਟ ਸਤਿੰਦਰ ਕੌਰ ਜੀ ਦੇ ਨਾਲ, ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕਿਹੜੇ ਕਿਹੜੇ ਅਜਿਹੇ ਕਾਨੂੰਨ ਨੇ, ਕੀ ਕਹਿੰਦਾ ਇਹ ਕਾਨੂੰਨ, ਕਿ ਕੀ ਕੇਸ ਜਿਹੜੇ ਨੇ ਉਹਨਾਂ 'ਤੇ ਲੱਗ ਸਕਦੇ ਨੇ ਅਤੇ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ। ਮੈਡਮ ਸਾਡੇ ਨਾਲ ਮੌਜੂਦਾ ਗੱਲਬਾਤ ਕਰਦੀ ਆ। ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅੱਜ ਤੁਹਾਨੂੰ ਵੀ ਪਤਾ ਹੈ ਕਿ ਲਗਾਤਾਰ ਇਸ ਕੇਸ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ। ਮੈਮ, ਅਸਲ ਦੇ ਵਿੱਚ ਕੀ ਅਜਿਹੇ ਕਾਨੂੰਨ ਬਣੇ ਹੋਏ ਨੇ ਜਦੋਂ ਕਿਸੇ ਕੁੜੀ ਦੇ ਨਾਲ ਰੇਪ ਹੁੰਦਾ ਹੈ ਉਸਦੇ ਉੱਤੇ ਐਲੀਗੇਸ਼ਨ ਲਗਾਉਣ ਦੇ ਲਈ? ਇੱਕ ਤਾਂ ਜੀ ਇਹਦੇ 'ਚ ਪਹਿਲਾਂ ਜਿਵੇਂ IPC ਸੀਗੀ, ਇੰਡੀਅਨ ਪੈਨਲ ਕੋਡ ਹੈ, ਹੁਣ ਉਹ ਭਾਰਤੀ ਨਿਆਏ ਸੰਹਿਤਾ 'ਚ ਚੇਂਜ ਹੋ ਗਿਆ, ਉਹਦੇ 'ਚ ਸਪੈਸੀਫਿਕਲੀ ਕਾਨੂੰਨ ਹੈ। ਦੂਸਰਾ ਹੈ ਜਿਹੜੇ ਮਾਈਨਰ ਜਿਵੇਂ ਬੱਚੇ ਨੇ 18 ਸਾਲ ਤੋਂ ਨੀਚੇ ਹੈਗੇ ਆ ਉਹਨਾਂ ਵਾਸਤੇ ਪੋਕਸੋ ਜਿਹੜਾ ਐਕਟ ਹੈਗਾ ਵਾ ਉਹਦੇ ਵਿੱਚ ਪ੍ਰੋਵੀਜ਼ਨ ਹੈਗੇ ਆ ਵੀ ਰੇਪ ਦੇ ਪ੍ਰੋਵੀਜ਼ਨ। ਠੀਕ ਹੈ, ਸਜ਼ਾ ਬਹੁਤ ਸਖਤ ਹੈ ਦੋਨੋਂ ਦੇ, ਦੋਨੋਂ ਕਾਨੂੰਨ 'ਚ ਸਜ਼ਾ ਸਖਤ ਹੈਗੀ ਹੈ। ਲਾਈਫ ਇੰਪ੍ਰਿਜ਼ਨਮੈਂਟ 20 ਸਾਲ ਦੀ ਸਜ਼ਾ ਵੀ ਹੈ ਇਹਦੇ ਵਿੱਚ ਦੀ। ਠੀਕ ਹੈ ਜੀ, ਡੈਥ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਇਨ ਸਰਟਨ ਕੇਸਿਸ, ਜਿਸ ਤਰ੍ਹਾਂ ਹੁਣ ਇਹ ਕਲਕੱਤਾ ਵਾਲਾ ਕੇਸ ਚੱਲ ਰਿਹਾ ਇਸ ਟਾਈਮ ਦੇ ਉੱਤੇ, ਉਹਦੇ ਵਿੱਚ ਹੁਣ ਡੈਥ ਇਹੋ ਜਿਹੜੀ ਬਰੂਟਲ ਮਰਡਰ ਕੇਸ ਹੋਇਆ, ਰੇਪ ਹੋਈ ਹੈ, ਉਹਦੇ 'ਚ ਡੈਥ ਸੈਂਟੈਂਸ ਦਾ ਵੀ ਪ੍ਰੋਵੀਜ਼ਨ ਹੈ। ਅਤੇ ਲਾਈਫ ਦਾ ਮਤਲਬ ਇਹਦੇ 'ਚ ਇਹ ਹੈ ਰਿਮੈਂਡਰ ਆਫ ਦੀ ਲਾਈਫ, ਇਹ ਨਹੀਂ ਹੈ ਕਿ ਤੁਸੀਂ 14 ਸਾਲ ਜਾਂ 20 ਸਾਲ ਬਾਅਦ ਬਾਹਰ ਆ ਜਾਓਗੇ। ਅੱਗੇ ਇਸ ਤਰ੍ਹਾਂ ਸੀ ਨਾ, ਜਿਹੜੇ ਪੁਰਾਣਾ ਕਾਨੂੰਨ ਸੀ ਉਹਦੇ ਤਹਿਤ ਇਹ ਸੀਗਾ ਕਿ ਲਾਈਫ ਮੀਨ ਕਿ ਜਦੋਂ 14 ਸਾਲ ਹੋ ਜਾਂਦੇ ਸੀ ਜਾਂ 20 ਸਾਲ ਆ, ਉਦੋਂ ਬਾਅਦ ਉਹਨਾਂ ਦਾ ਚਾਲਾ ਪਾ ਕੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਸੀ, ਗਵਰਨਰ ਵੀ ਉਹਨਾਂ ਨੂੰ ਆਪਣੀ ਪਾਵਰ ਇਸਤੇਮਾਲ ਕਰਕੇ ਅਤੇ ਉਹ ਜ਼ਮਾਨਤ 'ਤੇ ਬਾਹਰ ਆ ਸਕਦੇ ਸੀ ਆਫਟਰ 14 ਈਅਰ। ਬਟ ਹੁਣ ਉਹ ਕਾਨੂੰਨ ਨਹੀਂ ਹੈ, ਉਹਨਾਂ ਨੇ ਲਿਖਿਆ ਹੋਇਆ ਰਿਮੈਂਡਰ ਦੀ ਲਾਈਫ। ਰਿਮੈਂਡਰ ਲਾਈਫ ਮੀਨ ਕਿ ਸਾਰੀ ਲਾਈਫ ਉਹਦੇ ਵਾਸਤੇ। ਸਜ਼ਾ ਬਹੁਤ ਸਖਤ ਹੈ ਜੀ, ਕਾਨੂੰਨ ਬਹੁਤ ਸਖਤ ਹੈ, ਬਟ ਹੁਣ ਮਸਲਾ ਇੱਥੇ ਇਹ ਪੈਂਦਾ ਹੈ ਵੀ ਸਾਡੇ ਇਹੋ ਜਿਹਾ ਮਾਹੌਲ ਪਿਛਲੇ ਥੋੜ੍ਹੇ ਜਿਹੇ ਅਸੀਂ ਸਾਲਾਂ 'ਚੋਂ 2-4 ਸਾਲਾਂ 'ਚ ਦੇਖ ਰਹੇ ਹਾਂ ਵੀ ਇਹ ਜ਼ਿਆਦਾ ਕਿਉਂ ਇੰਨਾ ਵੱਧ ਗਿਆ ਅਤੇ ਕੁੜੀਆਂ ਲਈ ਇੰਨਾ ਅਸੁਰੱਖਿਅਤ ਮਾਹੌਲ ਕਿਉਂ ਬਣ ਗਿਆ। ਇਹ ਮਾਹੌਲ ਇੱਕ ਇੰਸਟੀਚਿਊਟ ਦੇ ਅੰਦਰ ਹੁਣ ਇਹ ਘਟਨਾ ਵਾਪਰੀ ਹੈ, ਇਹ ਜਿੱਥੇ ਮੈਡੀਕਲ ਕਾਲਜ ਦੇ ਵਿੱਚ ਜਿੱਥੇ ਘਟਨਾ ਵਾਪਰੀ ਹੈ ਅਤੇ ਹੁਣ ਇੰਸਟੀਚਿਊਟ ਦੇ ਅੰਦਰ ਆਪਦੇ ਕੁਰੈਕਸ਼ਨਲ ਸਬਜੈਕਟ ਹੈ, ਮਤਲਬ ਉਹਨਾਂ ਦੇ ਆਪਣੇ ਇੱਕ ਕਮੇਟੀ ਹੁੰਦੀ ਹੈ ਇੰਸਟੀਚਿਊਟ ਦੇ ਅੰਦਰ
ਹਰੇਕ ਇੰਸਟੀਚਿਊਟ 'ਚ ਪੌਸ਼ ਦੀ ਕਮੇਟੀ ਹੁੰਦੀ ਹੈ, ਅਤੇ ਪੌਸ਼ ਦੀ ਕਮੇਟੀ ਦੇ ਵਿੱਚ ਅੰਦਰ ਰਿਪੋਰਟ ਵੀ ਹੁੰਦੀ ਹੈ। ਜੇ ਕੋਈ ਇੰਸਟੀਚਿਊਟ 'ਚ ਇਹੋ ਜਿਹੀਆਂ ਅਣਸਿਖਾਵੀਆਂ ਘਟਨਾਵਾਂ ਜਾਂ ਕੋਈ ਸੰਦਿਗਧ ਪਰਸਨ ਆ ਜਿਹੜੇ ਲੜਕੀਆਂ ਨੂੰ ਤੰਗ ਕਰ ਸਕਦੇ ਆ, ਜਿਹੋ ਜਿਹੀ ਘਟਨਾ ਹੋ ਸਕਦੀ ਹੈ, ਉਹਦੇ ਉੱਤੇ ਐਕਸ਼ਨ ਲੈ ਸਕਦੀ ਹੁੰਦੀ ਆ। ਹੁਣ ਸਾਨੂੰ ਇੱਥੇ ਇਹ ਆ ਵੀ ਕਾਨੂੰਨ ਤਾਂ ਸਾਡੇ ਕੋਲ ਇਸ ਵੇਲੇ ਦੇਖੋ ਜੀ ਬਹੁਤ ਸਖਤ ਹੈ, ਜਿੰਨਾ ਵੀ ਅਸੀਂ ਵੇਖਦੇ ਹਾਂ ਕਾਨੂੰਨ ਸਖਤ ਹੈ। ਮਸਲਾ ਉੱਥੇ ਆਉਂਦਾ ਵੀ ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਵੇ ਕਾਨੂੰਨ ਨੂੰ। ਕਾਨੂੰਨ ਜਦੋਂ ਵੀ ਰੇਪ ਦੀ ਕੋਈ ਹਿੰਦੁਸਤਾਨ 'ਚ ਕੋਈ ਨਾ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ, ਕਾਨੂੰਨ ਹੋਰ ਸਖਤ ਹੋ ਜਾਂਦਾ, ਅੱਗੇ ਹੋਰ ਡਾਇਰੈਕਸ਼ਨ ਜਿਹੜੀਆਂ ਸੁਪਰੀਮ ਕੋਰਟ ਆ ਜਾਂ ਸਾਡੀਆਂ ਹਾਇਰ ਕੋਰਟਸ ਨੇ ਉਹ ਦੇ ਦਿੰਦੀਆਂ। ਪਰ ਹੁਣ ਉਹਨੂੰ ਇੰਪਲੀਮੈਂਟ ਕਿਹਨੇ ਕਰਨਾ ਹੈ? ਇੰਪਲੀਮੈਂਟ ਤਾਂ ਸਟੇਟ ਦੀ ਪੁਲਿਸ ਨੇ ਕਰਨਾ ਹੈ ਨਾ। ਹੁਣ ਜਿੱਥੇ ਵੀ ਕਿਤੇ ਸਟੇਟ ਦੀ ਪੁਲਿਸ ਕ੍ਰਾਈਮ ਨੂੰ ਛੁਪਾਉਣ 'ਚ ਪੈ ਜਾਂਦੀ ਆ, ਕਿਉਂਕਿ ਉੱਥੇ ਕੋਈ ਨਾ ਕੋਈ ਇਹੋ ਜਿਹਾ ਪਰਸਨ ਇਨਵੋਲਵ ਹੁੰਦਾ ਜਿਹਨੂੰ ਉਹ ਉਹਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹੁੰਦੇ ਆ, ਇਨਫਲੂਐਂਸ 'ਚ ਹੁੰਦਾ, ਕੋਈ ਪੋਲੀਟੀਕਲ ਇਨਫਲੂਐਂਸ ਹੋ ਜਾਂਦਾ, ਠੀਕ ਹੈ, ਜਾਂ ਪੁਲਿਸ ਕਿਤੇ ਪੈਸੇ ਲੈ ਜਾਂਦੀ ਹੈ, ਉਹੋ ਜਿਹੀ ਥਾਂ ਦੇ ਉੱਤੇ ਫਿਰ ਇਹ ਜਿਹੜੀ ਬਵਾਲ ਜਿਹੜਾ ਉਹ ਜ਼ਿਆਦਾ ਖੜ੍ਹਾ ਹੁੰਦਾ। ਅਤੇ ਇਹ ਦੇਖ ਬਹੁਤ ਮਾੜੀ ਗੱਲ ਹੈ, ਈਵਨ DNA ਜਾਂ ਜਿਹੜਾ DNA ਟੈਸਟ ਵੀ ਹੈ ਉਹ ਵੀ ਕੀਤਾ ਜਾਂਦਾ, ਅਸੀਂ ਦੱਸਦੇ ਹਾਂ ਇਹਦੇ ਵਿੱਚ ਰੂਲ ਆਊਟ ਕਰਨ ਲਈ। ਸਾਡੇ ਕੋਲ ਕਾਨੂੰਨ ਪੂਰਾ ਸਖਤ ਹੈ ਔਰ ਪੂਰਾ ਇੱਕ ਰਿਫਾਈਨਡ ਲਾਅ ਹੈ ਇਹਦੇ ਵਿੱਚ ਦੀ, ਪਰ ਫਿਰ ਵੀ ਇਹੋ ਜਿਹੀ ਸ਼ਰਮਨਾਕ ਘਟਨਾ ਹੋਣੀ, ਉਹ ਵੀ ਇੱਕ ਐਡੇ ਜਿੱਥੇ ਆਪਾਂ ਸੱਭਿਅਕ ਪਲੇਸ ਕਹਿ ਸਕਦੇ ਹਾਂ ਹੋਸਪਿਟਲ ਦੇ ਅੰਡਰ ਜੇ ਡਾਕਟਰ ਨਾਲ ਹੋ ਸਕਦੀ ਹੈ ਤਾਂ ਉੱਥੇ ਪੇਸ਼ੈਂਟ ਕਿੰਨੇ ਕੁ ਸੁਰੱਖਿਅਤ ਜਾਂ ਅਸੁਰੱਖਿਅਤ ਹੈ? ਇਹ ਹੁਣ ਸਰਕਾਰੀ ਹਸਪਤਾਲ ਉੱਥੇ ਉਹ ਦੱਸ ਰਹੇ ਆ। ਹੁਣ ਸਰਕਾਰੀ ਹੋਸਪਿਟਲ ਦੇ ਵਿੱਚ ਤੁਸੀਂ ਇਹ ਦੇਖੋ, ਅਸੀਂ ਹੋਰ ਵੀ ਸਰਕਾਰੀ ਜਗ੍ਹਾ ਕਰ ਰਹੇ ਹਾਂ, ਉੱਥੇ ਕੁੜੀਆਂ ਕਿੰਨੀਆਂ ਸੁਰੱਖਿਅਤ ਆ? ਸਾਡੀਆਂ ਲੜਕੀਆਂ, ਬੱਚਾ ਆਪਦਾ ਵੱਡਾ ਕੀਤਾ, ਕੋਈ ਲੜਕਾ ਹੈ ਜਾਂ ਲੜਕੀ ਹੈ, ਤੁਸੀਂ ਉਹਨੂੰ ਬਾਹਰ, ਉਹਦੀ ਨਾਈਟ ਡਿਊਟੀ ਵੀ ਆ, ਉਹਦੀ ਡੇ ਡਿਊਟੀ ਵੀ ਆ, ਉੱਥੇ ਉਹਦੀ ਸੁਰੱਖਿਆ ਦਾ ਕੀ ਇੰਤਜ਼ਾਮ ਹੈ? ਇਹ ਇੰਤਜ਼ਾਮ ਜਿਹੜਾ ਹੁੰਦਾ ਨਾ ਉੱਥੋਂ ਦੀ ਜਿਹੜਾ ਇੰਸਟੀਟਿਊਸ਼ਨਲ ਹੈੱਡ ਹੁੰਦਾ ਉਹਦੇ ਅੰਦਰ ਆਉਂਦਾ, ਪਰ ਇਹਨੂੰ ਜੀ ਬੜਾ ਕੈਜੂਲੀ ਲਿਆ ਜਾਂਦਾ। ਇਹਦੇ ਕਾਰਨ, ਇਹਦੇ ਕਈ ਕਾਰਨ ਹੈ। ਕਾਰਨ ਇਹਦੇ ਇਹ ਚੀਜ਼ ਹੈ ਕਿ ਲੈਕ ਆਫ ਸੈਂਸਿਟਿਵਿਟੀ ਹੈ, ਇਹ ਚੀਜ਼ ਦੇਖੀ ਨਹੀਂ ਜਾਂਦੀ ਉਸ ਟਾਈਮ ਦੇ ਉੱਤੇ ਜਿਹੜੇ ਇੰਸਟੀਚਿਊਟ ਦੇ ਹੈੱਡਸ ਹੁੰਦੇ ਆ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਸਾਡੀਆਂ ਅੱਜ ਫੀਮੇਲ ਸਟਾਫ ਉੱਤੇ 50% ਤੱਕ ਕੰਮ ਕਰ ਰਿਹਾ, ਉਹ ਕਿੰਨੀਆਂ ਕੁ ਸੁਰੱਖਿਅਤ ਆ? ਕੁੜੀਆਂ ਜਿਹੜੀਆਂ ਦੇਖੋ, ਅੱਜ ਵੀ ਸਾਡਾ ਹਿੰਦੁਸਤਾਨ ਦਾ ਜਿਹੜਾ ਸਮਾਜ ਹੈ ਨਾ ਉਹ ਇੱਕ ਬੜਾ ਟ੍ਰੈਡੀਸ਼ਨਲ ਜਿਹਾ ਸਮਾਜ ਹੈ, ਹੈ ਨਾ, ਬੜਾ ਔਰਤ ਲੜਕੀਆਂ ਬਾਹਰ ਕੰਮ ਕਰਨ ਆ ਗਈਆਂ ਭਾਵੇਂ, ਪਰ ਫਿਰ ਵੀ ਇੱਕ ਬੜਾ ਟ੍ਰੈਡੀਸ਼ਨਲ ਬੈਕਗਰਾਊਂਡ ਹੈ ਸਾਰਿਆਂ ਦਾ। ਅਤੇ ਕੋਈ ਕਿਸੇ ਨੂੰ ਕੋਈ ਗੱਲ, ਕੋਈ ਅਣਸਿਖਾਵੀਂ ਘਟਨਾ ਹੋ ਵੀ ਜਾਂਦੀ ਹੈ, ਜੋ ਉਹਦੇ ਸਾਹਮਣੇ ਵੀ ਹੁੰਦੀ ਹੈ, ਲੋਕ ਬੋਲਣ ਤੋਂ ਵੀ ਗੁਰੇਜ਼ ਕਰਦੇ ਆ ਜਾਂ ਸ਼ਰਮ ਮਹਿਸੂਸ ਕਰਦੇ ਆ ਇਸ ਚੀਜ਼ 'ਚ, ਅਤੇ ਕੋਈ ਜਾ ਕੇ ਸ਼ਿਕਾਇਤ ਵੀ ਨਹੀਂ ਕਰਦਾ। ਅਤੇ ਜਿਹੜੀ ਸੀਨੀਅਰ ਕੋਈ ਲੇਡੀਜ਼ ਹੁੰਦੇ ਆ, ਕਈ ਵਾਰੀ ਉਹ ਹੀ ਜਾ ਕੇ ਅੱਗੇ ਮਤਲਬ ਸ਼ਿਕਾਇਤ ਕਰਦੇ ਆ ਵੀ ਇੰਸਟੀਚਿਊਟ ਦੇ ਵਿੱਚ ਕੋਈ ਮਾਹੌਲ ਜਿਹੜਾ ਕੋਈ ਜ਼ਿਆਦਾ ਸੁਖਾਵਾਂ ਨਹੀਂ ਹੈ। ਬਟ ਉਹਨੂੰ ਮਾਹੌਲ ਨੂੰ ਤੁਸੀਂ ਕਿਵੇਂ ਸੈੱਟ ਰੱਖਣਾ, ਕਿਉਂਕਿ ਉੱਥੇ ਇੰਟਰਨਲ ਤੁਸੀਂ ਸੁਰੱਖਿਆ ਕਿਵੇਂ ਰੱਖਣੀ ਹੈ, ਉੱਥੇ CCTV ਕੈਮਰੇ ਪ੍ਰੋਪਰ ਹੋਣੇ ਚਾਹੀਦੇ ਆ, ਉਹ ਵਰਕਿੰਗ ਹੈ ਕਿ ਨਹੀਂ ਹੈ, ਫਿਰ ਉੱਥੇ ਤੁਹਾਡੇ ਕੰਟੀਨਿਊਸਲੀ ਇੰਟਰਨਲ ਕੀ ਰਿਪੋਰਟ ਜਾ ਰਹੀ ਹੈ। ਕੋਈ ਕਈ ਵਾਰੀ ਦੇਖੋ ਜੀ, ਸਾਰੇ ਬੰਦੇ ਇਹੋ ਜਿਹੇ ਨਹੀਂ ਆਪਣੇ, ਬਾਕੀ ਤਾਂ ਸਾਰੇ ਲੜਕੇ, ਕੋਈ ਕੋਈ ਵਿੱਚ ਇਹੋ ਜਿਹਾ ਆ ਜਾਂਦਾ ਆਂਸਰ, ਮਾੜਾ ਆਂਸਰ ਆ ਜਾਂਦਾ ਜਿਹੜਾ ਤੁਹਾਡੇ ਸਾਰੇ ਦੇ ਸਾਰੇ ਉੱਥੇ ਸਿਸਟਮ ਨੂੰ ਤਹਿਸ ਨਹਿਸ ਕਰਕੇ ਰੱਖ ਦਿੰਦਾ। ਅਤੇ ਇੰਡੀਆ ਜਿਹੜਾ ਇਸ ਚੀਜ਼ ਦੇ ਵਿੱਚ ਸਭ ਤੋਂ ਅਨਸੇਫ, 1 of the 4th ਕੰਟਰੀ ਹੈ ਜਿਹਦੇ 'ਚ ਆਪਾਂ ਨੂੰ ਅਨਸੇਫ ਮੰਨਿਆ ਜਾ ਰਿਹਾ। ਬਾਹਰੋਂ ਗੋਰੇ ਆਉਂਦੇ ਆ ਇੱਥੇ ਵਿਚਾਰੇ ਘੁੰਮਣ ਆਏ, ਉਹ ਅੱਗੇ ਇਲਾਹਾਬਾਦ ਵਾਲੀ ਉੱਥੇ ਘਟਨਾ ਦੇਖੀ ਸੀ, ਉਹਦੇ ਵਿੱਚ ਵੀ ਉਹ ਹਸਬੈਂਡ ਵਾਈਫ ਆਏ ਆ, ਉਹ ਪ੍ਰਯਟਕ ਜਿੰਨੇ ਜਿਹਨੂੰ ਆਪਾਂ ਕਹਿੰਦੇ ਹਾਂ ਯਾਤਰੀ ਆਏ ਆ, ਉਹ ਤਾਂ ਉੱਥੇ ਵਿਚਾਰੇ ਆਪਦਾ ਵੇਖਣ ਆਏ ਆ, ਮਤਲਬ ਕਾਸ਼ੀ ਦੇਖਣ ਆਏ ਆ, ਉੱਥੇ ਇਲਾਹਾਬਾਦ ਸੰਗਮ ਦੇਖਣ ਆਏ ਆ, ਅਤੇ ਉੱਥੇ ਉਹ ਲੇਡੀ ਵਿਚਾਰੀ ਨਾਲ, ਉਹਦੀ ਵਾਈਫ ਨਾਲ, ਇੱਕ ਗੋਰਾ ਸੀ, ਉਹਦੀ ਵਾਈਫ ਨਾਲ ਰੇਪ ਕਰਤਾ ਜਾਂਦਾ, ਹੈ ਨਾ।
ਤੇ ਕਿੰਨੀ ਕਿਹੋ ਜਿਹਾ ਸਾਡਾ ਸਮਾਜ ਹੈ, ਅਸੀਂ ਕਿਹੋ ਜਿਹੇ ਸਮਾਜ 'ਚ ਜਿਉਂਦੇ ਪਏ ਹਾਂ ਜੋ ਸ਼ਾਮ ਹਨੇਰਾ ਪੈਂਦਾ ਹਰ ਕੋਈ ਕੁੜੀਆਂ ਨਹੀਂ ਮਤਲਬ ਪ੍ਰੋਟੈਕਸ਼ਨ ਵਾਸਤੇ ਚਿੰਤਤ ਹੋ ਜਾਂਦਾ, ਇਹ ਇਹ ਸਾਡੇ ਲਈ ਕਿਉਂ ਅੱਜ ਵੀ ਨਿਰਭੈ ਕਾਂਡ ਹੋਏ ਨੂੰ ਅੱਜ ਕਿੰਨੇ ਦੇਰ ਹੋ ਚੁੱਕੀ ਆ, ਹੈ ਨਾ 10 ਸਾਲ ਹੋ ਗਏ, ਉਦੋਂ ਵੱਧ ਹੋ ਗਏ ਆ, ਫਿਰ ਇਹੋ ਜਿਹੀ ਘਟਨਾ ਹੁੰਦੀ ਹੈ, ਹਰ 2-3 ਸਾਲ ਬਾਅਦ ਇਹੋ ਜਿਹੀ ਵੇਸ਼ਿਆਨਾ ਘਟਨਾ ਹੋ ਜਾਂਦੀ ਹੈ। ਇਸ ਦੇ ਨਾਲ ਹੀ ਜਿਸ ਤਰ੍ਹਾਂ ਇੱਕ ਵਾਰ ਦਿੱਲੀ ਦੇ ਵਿੱਚ ਵੀ ਅਸੀਂ ਘਟਨਾ ਦੇਖੀ ਸੀ ਕਿ ਇੱਕ ਲੜਕੀ ਨੂੰ ਘਸੀਟਿਆ ਗਿਆ ਸੀਗਾ ਗੱਡੀ ਦੇ ਨਾਲ, ਅਤੇ ਫਿਰ ਹੁਣ ਫਿਰ ਹੋ ਜਾਈਆਂ ਘਟਨਾ ਹੁੰਦੀਆਂ ਨੇ। ਲੌਜ਼ ਹੈਗੇ ਨੇ ਪਰ ਕੰਮ ਕਿਉਂ ਨਹੀਂ ਹੁੰਦਾ? ਲੌਜ਼ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਨਿਰਭੈ ਘਟਨਾ ਜਦੋਂ ਹੋਈ ਸੀ ਨਾ ਉਦੋਂ 2013 ਦੇ ਵਿੱਚ ਫਿਰ ਇਹ ਕਾਨੂੰਨ 'ਚ ਨਾ ਸੋਧ ਕੀਤੀ ਗਈ ਸੀ, ਸੋਧ ਕਰਕੇ ਉਹਨਾਂ ਨੇ 376 IPC ABCDE ਤੱਕ ਲੈ ਆਏ ਸੀ ਨੀਚੇ, ਗੈਂਗ ਰੇਪ ਹੈ, ਗੈਂਗ ਰੇਪ ਅੰਡਰ 16 ਈਅਰ, ਅੰਡਰ 12 ਈਅਰ ਬੱਚੀ ਹੈ ਜਿਹੜੀ ਉਹਦੀ, ਉਹ ਸਾਰਿਆਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ ਵੀ ਸਜ਼ਾ ਜਿਹੜੀ ਸੀ ਸਖਤ ਕਰ ਦਿੱਤੀ ਸੀ, 20 ਸਾਲ ਘੱਟੋ ਘੱਟ ਕੀਤੀ ਸੀ, ਅਤੇ ਹੋਈਆਂ ਵੀ ਹੋਈਆਂ ਸਾਡੇ ਕੋਲ ਕਾਫੀ ਸਾਰੇ ਕੇਸ ਹੈਗੇ ਆ, ਬਟ ਉਹ ਜਿੰਨੇ ਮੋਸਟਲੀ ਉਹਨਾਂ ਦੇ ਵਿੱਚੋਂ ਕੇਸ ਨੇ ਅਸੀਂ ਵੇਖਦੇ ਹਾਂ ਉਹਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਦੀ ਗੱਲ ਆ ਕੇ ਆਉਂਦੀ ਹੈ, ਸਾਡੀ ਹੁਣ ਵੀ ਇਸ ਵੇਲੇ 7 ਨੰਬਰ ਕੋਰਟ ਹੈ, ਮੈਂ ਬੈਂਚ ਦਾ ਨਾਮ ਨਹੀਂ ਲਵਾਂਗੇ, ਉਹਨਾਂ ਨੇ ਇਹਨੂੰ ਬੜਾ ਸੀਰੀਅਸਲੀ ਲਿਆ ਸੀ, ਪਿਛਲੇ ਮਹੀਨਾ ਦੋ ਮਹੀਨੇ ਪਹਿਲਾਂ ਉਹਨਾਂ ਕੋਲ ਬੈਂਚ ਆਇਆ, ਉਹ ਕਹਿੰਦੇ DNA ਟੈਸਟ ਹੀ ਨਹੀਂ ਹੋਇਆ ਹੋਇਆ, ਮੈਡੀਕਲ ਰਿਪੋਰਟਸ ਹੀ ਨਹੀਂ ਚੰਗੀ ਤਰ੍ਹਾਂ ਕੰਡਕਟ ਹੋਈਆਂ, ਹੈ ਨਾ, ਅਕਿਊਜ਼ ਦਾ ਜੇ ਤੁਸੀਂ DNA ਲੈ ਲੈਂਦੇ ਹੋ, ਲੜਕੇ ਦਾ ਵੀ DNA ਲੈ ਲੈਂਦੇ ਹੋ, ਜੇ DNA ਮੈਚ ਹੋ ਜਾਂਦਾ ਤਾਂ ਤੁਹਾਨੂੰ ਜਿਹੜੀ ਇਨੋਸੈਂਟ ਪਰਸਨ ਹੈਗਾ ਉਹ ਰੂਲ ਆਊਟ ਹੋ ਜਾਂਦਾ, ਕੋਈ ਕਿਸੇ ਨੂੰ ਕੀ ਕਹਿੰਦੇ ਕਿ ਰੋਂਗਲੀ ਇੰਪਲੀਕੇਟ, ਗਲਤ ਇੰਪਲੀਕੇਟ ਨਹੀਂ ਕਰ ਸਕਦਾ ਕਿਸੇ ਕੇਸ ਦੇ ਵਿੱਚ, ਔਰ ਸਹੀ ਸਜ਼ਾ ਮਿਲਦੀ ਹੈ, ਜਿਹੜਾ ਕੋਈ ਇਹੋ ਜਿਹਾ ਦਰਿੰਦਾ ਉਹਨੂੰ 20 ਸਾਲ ਦੀ ਸਜ਼ਾ ਮਿਲਦੀ ਆ, ਔਰ ਰਿਮੈਂਡਰ ਆਫ ਲਾਈਫ ਵੀ ਰਹਿ ਸਕਦੀ ਹੈਗੀ ਹੈ, ਗੈਂਗਰੇਪ ਦੇ ਕੇਸ ਦੇ ਵਿੱਚ ਰਿਮੈਂਡਰ ਲਾਈਫ ਮਤਲਬ ਸਾਰੀ ਲਾਈਫ ਵਾਸਤੇ ਵੀ ਅੰਦਰ ਰਹਿ ਸਕਦਾ, ਠੀਕ ਹੈ, ਕਾਨੂੰਨ ਤਾਂ ਹੈਗਾ, ਬਟ ਹੁਣ DNA ਕਿਵੇਂ ਕੀਤਾ ਜਾਂਦਾ ਜੀ, ਹੁਣ ਉਦੋਂ ਇੱਕ ਸਾਡੇ ਲਈ ਇਸ ਵੇਲੇ ਜਿਹੜਾ ਕੋਰਟ ਦੇ ਵਿੱਚ, ਸਾਡੀ ਕੋਰਟ ਇੱਥੇ ਬੜੀ ਤੁਸੀਂ ਕਹਿ ਲਓ ਇੱਕ ਐਡਵਾਂਸ ਕੋਰਟ ਹੈ, ਹਾਈ ਕੋਰਟ ਹੈ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਸਾਡੀ ਕੋਰਟ ਬੜੀ ਐਡਵਾਂਸ ਨੇ, ਇੱਥੋਂ ਦੀ ਥੋੜ੍ਹਾ ਐਡਵਾਂਸ ਕਲਚਰ ਹੈ, ਬਟ ਫਿਰ ਵੀ ਅਸੀਂ ਦੇਖ ਰਹੇ ਹਾਂ ਹਰ ਦੂਜੇ ਕੇਸ ਦੇ ਵਿੱਚ DNA ਟੈਸਟ ਕੰਡਕਟ ਨਹੀਂ ਹੋਇਆ ਹੋਇਆ, ਕਈ ਵਾਰ ਅਕਿਊਜ਼ ਆ ਕੇ, ਸਾਡੇ ਕੋਲ ਇਹ ਵੀ ਕੇਸ ਹੈਗਾ ਕਿ ਇੱਕ ਅਕਿਊਜ਼ ਆ ਕੇ ਇੱਕ ਪਾਰਟੀ ਆ ਕੇ ਕਹਿੰਦੀ ਵੀ ਭਾਈ ਸਾਡਾ DNA ਲੈ ਲਓ, ਅਸੀਂ ਤਾਂ ਕਦੀ ਇਹ ਲੇਡੀ ਜਿਹਨੇ ਸਾਡੇ 'ਤੇ ਐਲੀਗੇਸ਼ਨ ਲਾਇਆ ਵੇਖਿਆ ਹੀ ਨਹੀਂ, ਉਹਨਾਂ ਨੇ ਇੱਥੋਂ DNA ਟੈਸਟ ਦੀ ਪਰਮਿਸ਼ਨ ਲੈ ਲਈ ਤਾਂ ਵੀ ਨੀਚੇ IO ਨੇ DNA ਟੈਸਟ ਕੰਡਕਟ ਹੀ ਨਹੀਂ ਕੀਤਾ, ਹੁਣ ਜੇ DNA ਟੈਸਟ ਹੀ ਨਹੀਂ ਕੰਡਕਟ ਅਸੀਂ ਕਰਾਂਗੇ ਤਾਂ ਕਿਵੇਂ ਮੈਚ, ਜਦੋਂ ਅਸੀਂ ਸਾਇੰਟੀਫਿਕ ਜਿਹੜਾ ਸਾਡੇ ਕੋਲ ਐਵੀਡੈਂਸ ਹੁੰਦਾ ਨਾ ਉਹ ਜ਼ਿਆਦਾ ਰਿਲਾਇਬਲ ਹੈ ਇਹੋ ਜਿਹੇ ਕੇਸਿਸ ਦੇ ਵਿੱਚ, ਹੁਣ ਚਲੋ ਇੱਥੇ ਤਾਂ ਇਹਨਾਂ ਨੇ DNA ਟੈਸਟ ਕਿਉਂਕਿ ਉਹ ਮੈਡੀਕਲ ਹੀ ਸੀ DNA ਟੈਸਟ ਹੋ ਗਿਆ, ਹੁਣ DNA ਟੈਸਟ ਵੀ ਤੁਸੀਂ ਕਿਵੇਂ ਕੰਡਕਟ ਕਰਦੇ ਹੋ ਉਹ ਇੱਕ ਬੜਾ ਇੱਕ ਅੰਦਰਲਾ ਇੰਟਰਨਲ ਕਾਨੂੰਨ ਦਾ ਮੁੱਦਾ ਇਸ ਵੇਲੇ ਅੰਦਰ ਉਛਲਿਆ, ਜ਼ਰੂਰੀ ਨਹੀਂ ਹੈ ਕਿ DNA ਮੈਚ ਕਰ ਗਿਆ, DNA ਹਾਓ ਇਟ ਇਜ਼ ਟੇਕਨ, ਇੱਕ ਬੰਦੇ ਨੇ ਸਾਨੂੰ ਇਹ ਵੀ ਆ ਕੇ ਦੱਸਿਆ ਵੀ DNA ਟੈਸਟ ਜੀ ਕਿਵੇਂ ਕੀਤਾ ਗਿਆ, DNA ਟੈਸਟ ਲੈਂਦੇ ਕਿਵੇਂ ਆ, ਹੈ ਨਾ, ਉਹ DNA ਟੈਸਟ ਕੀ ਹੈ ਕਿ ਤੁਹਾਨੂੰ ਇੱਕ ASI ਟਾਈਪ ਦਾ ਜਿਹੜਾ ਜਾਂ ਫੀਮੇਲ ਉੱਥੇ ਇੰਸਪੈਕਟਰ ਆ ਉਹ ਲੈ ਲੈਂਦੀ ਹੈ ਉਹ ਟੈਸਟ, ਉਹ ਜਿਹੜਾ DNA ਵਾਲਾ ਟੈਸਟ ਹੁੰਦਾ ਨਾ ਉਹ ਖੁੱਲ੍ਹਾ ਹੀ ਪਿਆ ਹੁੰਦਾ, ਉਹਨੂੰ ਸੀਲ ਹੀ ਨਹੀਂ ਕੀਤੀ ਗਈ ਹੁੰਦੀ, 3-3, 4-4 ਮਹੀਨੇ, ਮਹੀਨਾ ਡੇਢ ਮਹੀਨਾ ਉਹ ਓਪਨ 'ਚ ਹੀ ਉਹ ਸਲੈਬਾਂ ਉਹਨਾਂ ਦੀਆਂ ਉਹ ਪਈਆਂ ਰਹਿੰਦੀਆਂ, ਉਹ FSL ਵਾਸਤੇ ਰਿਪੋਰਟ ਜਿਹੜੀ ਹੈ ਉਹ ਭੇਜਿਆ ਨਹੀਂ ਗਿਆ ਹੁੰਦਾ, ਹੁਣ ਉਹਦੇ ਵਿੱਚ ਜਿਹੜਾ DNA ਟੈਸਟ ਹੈ ਇੱਥੇ ਸਾਡਾ ਇੱਕ ਵੱਡਾ ਜਿਹੜਾ ਲੂਪ ਹੋਲ ਹੈ ਰੇਪ ਕੇਸਿਸ ਦੇ ਵਿੱਚ ਉਹ ਇਹ ਹੈ ਕਿ DNA ਟੈਸਟ ਜਿਹੜਾ ਸਾਡੀ ਅਸੀਂ ਕੋਰਟ ਨੂੰ ਵੀ ਅੱਗੇ ਦਰਖਾਸਤ ਕੀਤੀ ਸੀ ਕਿ DNA ਟੈਸਟ ਜਿਹੜਾ ਕੰਡਕਟ ਹੋਣਾ ਚਾਹੀਦਾ ਨਾ ਉਹ ਇੱਕ ਤਾਂ ਡਾਕਟਰ ਦੀ ਪ੍ਰੈਜੈਂਸ 'ਚ ਹੋਵੇ ਜਾਂ ਫਿਰ ਮੈਜਿਸਟਰੇਟ ਨੂੰ ਉੱਥੇ, ਕਿਉਂਕਿ ਇਸ ਵੇਲੇ ਸਾਡੇ ਕੋਲ ਸਾਰੇ ਲੋਅਰ ਕੋਰਟਸ ਦੇ ਵਿੱਚ ਵੀ ਤਹਿਸੀਲਾਂ 'ਚ ਵੀ ਮੈਜਿਸਟਰੇਟ ਹੈਗੇ ਆ, ਲੇਡੀ ਮੈਜਿਸਟਰੇਟ ਆ ਜਾਂ ਜੈਂਟਸ ਉਸ ਲੈ ਜਾਣ, DNA ਟੈਸਟ ਦੀ ਪ੍ਰਕਿਰਿਆ ਕੀ ਹੈ, ਕਿਵੇਂ ਉਹਨਾਂ ਨੇ ਕੰਡਕਟ ਕੀਤਾ, ਮੈਂ ਤੁਹਾਨੂੰ ਇੱਕ ਬੰਦੇ ਦੀ ਗੱਲ ਦੱਸਦੀ ਹਾਂ, ਉਹਨੇ ਆ ਕੇ ਦੱਸਿਆ ਵੀ ਉਹਨੇ ਉਹ ਕਦੀ ਲੜਕੀ ਨਹੀਂ ਸੀ ਵੇਖੀ, ਕੁਛ ਨਹੀਂ ਸੀ ਵੇਖਿਆ, ਉਹਦੇ ਉੱਤੇ ਰੇਪ ਕੇਸ ਪੈ ਗਿਆ, ਅੱਛਾ DNA ਵੀ ਕੰਡਕਟ ਕੀਤਾ,
ਉਹਨੇ ਦੱਸਿਆ ਸਾਨੂੰ ਇਸ ਚੀਜ਼ ਦੀ, ਉਹ ਆਪ ਹੀ ਲੋਕ ਆ ਕੇ ਦੱਸਦੇ ਵੀ DNA ਕੀਤਾ ਕੀ। ਕਈ ਦਿਨਾਂ ਦੇ ਬਾਅਦ ਲਿਜਾ ਕੇ ਉਹਨੂੰ ਕਹਿੰਦੇ ਜੀ ਤੇਰਾ ਟੈਸਟ ਕਰਨਾ, ਉਹਦਾ ਕੋਈ ਇਹਨਾਂ ਨੇ ਬਲੱਡ ਬਲੁੱਡ ਟੈਸਟ ਵਗੈਰਾ ਉਹਦਾ ਲੈ ਲਿਆ। ਲੈ ਕੇ ਉਹ ਕਹਿੰਦਾ ਜੀ ਮੈਂ ਉੱਥੇ ਹੀ ਖੜਾ ਵਾਂ, ਮੈਂ ਵੇਖ ਰਿਹਾ। ਉਹ ਕੀ ਕੀਤਾ ਜੀ, ਸਾਰੇ ਕੋਈ ਸੀਲ ਨਹੀਂ ਲੱਗੀ ਹੋਈ, ਕੁਛ ਨਹੀਂ ਲੱਗਾ ਹੋਇਆ, ਉਹ ਸਲੈਬਸ ਦੇ ਉੱਤੇ ਕਹਿੰਦਾ ਚੱਕ ਕੇ ਮੇਰੇ ਵਾਲਾ DNA ਪਾਤਾ, ਜਿਹੜੀ ਪਹਿਲੀ ਟੈਸਟ ਹੀ ਨਹੀਂ ਭੇਜੀ। ਮਤਲਬ ਉਹਨੂੰ ਰੋਂਗਲੀ ਇੰਪਲੀਕੇਟ ਕਿਵੇਂ ਕਰਤਾ, ਪੁਲਿਸ ਨੂੰ ਉਹ ਚੀਜ਼ ਪਤਾ ਹੈ ਵੀ ਅਸੀਂ ਕਿਸੇ ਨੂੰ ਗਲਤ ਕਿਵੇਂ ਫਸਾਉਣਾ, ਉਹ ਚੀਜ਼ 'ਤੇ ਇਹਨਾਂ ਨੂੰ DNA ਟੈਸਟ ਪਤਾ ਹੈ, ਉਹਦੇ 'ਚ DNA ਕਰ ਲੈਂਦੇ ਆ। ਜਿਹੜੇ ਰੀਅਲ ਵਿਕਟਮ ਹੈ ਉਹਦੇ 'ਚ DNA ਨਹੀਂ ਕਰਦੇ। ਹੁਣ ਇਸ ਚੀਜ਼ ਨੂੰ ਰੂਲ ਆਊਟ ਕਰਨ ਵਾਸਤੇ ਅਸੀਂ ਇਹੀ ਕਹਾਂਗੇ ਵੀ ਜਿਹੜਾ DNA ਟੈਸਟ ਹੈਗਾ ਪ੍ਰੋਪਰ, ਇੱਕ ਤਾਂ ਉਹ ਜਿੱਦਾਂ DNA ਟੈਸਟ ਵੇਲੇ ਉੱਥੇ ਕੋਲੇ ਇੰਸਪੈਕਟਰ ਹੋਣਾ ਚਾਹੀਦਾ, ਉੱਥੇ ਡਾਕਟਰ ਹੋਣਾ ਚਾਹੀਦਾ ਜਾਂ ਮੈਜਿਸਟ੍ਰੇਟ ਹੋਣਾ ਚਾਹੀਦਾ, ਕਿਉਂਕਿ ਜਿਹੜਾ ਲੋਅਰ ਰੰਗ ਦਾ ਬਹੁਤਾ ਸਟਾਫ ਹੈ ਨਾ, ਬਹੁਤ ਵਾਰ ਇਹ ਕਰਪਸ਼ਨ 'ਚ ਇਨਵੋਲਵ ਹੋ ਜਾਂਦਾ ਹੈ। ਇਹ ਲੋਕਾਂ ਦੀ ਨਾ ਇਹਨਾਂ ਨੂੰ ਸਿੰਪਤੀ ਹੋ ਜਾਂਦੀ ਹੈ ਜਾਂ ਪੈਸੇ ਲੈਣ ਦੇ ਵਿੱਚ ਇਨਵੋਲਵ ਹੋ ਜਾਂਦੇ। ਜਿਹੜਾ ਸੀਨੀਅਰ ਅਫਸਰ ਹੋਊਗਾ ਜਾਂ ਮੈਜਿਸਟ੍ਰੇਟ ਹੋਊਗਾ ਉਹ ਕਦੀ ਇਸ ਚੀਜ਼ 'ਚ ਇਨਵੋਲਵ ਨਹੀਂ ਹੋਊਗਾ, ਅਤੇ ਉੱਥੇ DNA ਟੈਸਟ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਇੱਕ ਐਕੂਰੇਸੀ ਦੇ ਨਾਲ ਉਹ ਕੰਡਕਟ ਹੋਣਾ ਚਾਹੀਦਾ। ਇੱਕ ਨੰਬਰ ਪੁਆਇੰਟ ਦਾ ਇੱਥੇ ਇਹ ਹੈ ਤਾਂ ਕਿ ਜਿਹੜੀ ਉਹ ਸਜ਼ਾ ਜਿਹੜੀ ਹੈ ਨਾ ਉਹ ਸਹੀ 20 ਸਾਲ ਦੀ ਸਜ਼ਾ ਤੱਕ ਉਹ ਪਹੁੰਚੇ ਬੰਦਾ, ਵੀ ਰਿਮੇਂਡਰ ਆਫ ਦੀ ਲਾਈਫ ਉਹ ਅੰਦਰ ਰਹੇ, ਉਹ ਤੜਫੇ, ਉਹਨੂੰ ਪਤਾ ਲੱਗੇ। ਕਾਨੂੰਨ 'ਚ ਵੀ ਇਹ ਚੀਜ਼ ਪ੍ਰੋਵੀਜ਼ਨ ਹੈਗੀ ਆ। ਹੁਣ ਦੂਜੀ ਚੀਜ਼ ਆ ਗਈ ਲੜਕੀਆਂ ਦੀ ਸੁਰੱਖਿਆ ਇਸ ਟਾਈਮ ਦੇ ਉੱਤੇ, ਜਿਹੜੀ ਕਿਉਂਕਿ ਹੁਣ ਸਾਨੂੰ ਵੇਖੋ ਮੇਰੇ ਕੋਲ ਇਸ ਟਾਈਮ ਦੇ ਉੱਤੇ 25 ਈਅਰ ਦਾ ਐਕਸਪੀਰੀਅੰਸ ਹੈ ਅਤੇ ਕਾਨੂੰਨ ਦੇ ਵਿੱਚ ਵਿਚਰਦੇ ਹੋਏ ਮੈਂ ਵੇਖ ਰਹੀ ਹਾਂ ਵੀ ਸਾਨੂੰ ਇਹ ਪ੍ਰੋਬਲਮ ਕਿੱਥੇ ਆ ਰਹੀਆਂ ਨੇ। ਪ੍ਰੋਬਲਮ ਆ ਰਹੀ ਹੈ ਵੀ ਕੁੜੀ ਲੜਕੀਆਂ ਦੀ ਸੁਰੱਖਿਆ ਵੀ ਇਹੋ ਜਿਹੀ ਘਟਨਾ ਹੋਵੇ ਹੀ ਨਾ, ਹੈ ਨਾ। ਉਹ ਹਾਂ, ਇਸ ਵਿੱਚ ਇੱਕ ਇਹ ਵੀ ਗੱਲ ਕਹਿਣਾ ਚਾਹਾਂਗੀ ਵੀ ਅਸੀਂ ਸਿਰਫ ਉਦੋਂ ਹੀ ਐਕਸ਼ਨ ਲੈਂਦੇ ਹਾਂ ਜਦੋਂ ਕਿਸੇ ਲੜਕੀ ਦੇ ਨਾਲ ਘਟਨਾ ਹੋਣ ਤੋਂ ਬਾਅਦ ਜਾਂ ਤਾਂ ਉਸਦਾ ਮਰਡਰ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਇੱਕ ਅਜਿਹੀ ਦਰਿੰਦਗੀ ਉਸਦੇ ਨਾਲ ਅਪਣਾਈ ਜਾਂਦੀ ਹੈ ਕਿ ਜੋ ਦੇਖਣ ਯੋਗ ਵੀ ਨਹੀਂ ਹੁੰਦੀ, ਉਦੋਂ ਹੀ ਕਿਉਂ ਅਜਿਹੇ ਸਟੈਪ ਚੱਕੇ ਜਾਂਦੇ ਨੇ? ਇਹ ਤਾਂ ਜੀ ਹਿੰਦੁਸਤਾਨ ਦਾ ਨਾ ਇਸ ਵੇਲੇ ਸਾਡਾ ਮਾਹੌਲ ਬਹੁਤ ਖਰਾਬ ਹੈ ਇਸ ਚੀਜ਼ ਨੂੰ ਹੋ ਚੁੱਕਿਆ। ਇੱਕ ਪਾਸੇ ਤਾਂ ਅਸੀਂ ਬਹੁਤ ਐਡਵਾਂਸ ਕੰਟਰੀ ਹੈ ਸਾਡੀ, ਸਾਡੇ ਸਿਟੀਜ਼ਨ ਬੜੇ ਸੈਂਸਿਟਿਵ ਹੈਗੇ ਆ, ਪਰ ਦੂਜੇ ਪਾਸੇ ਜਿਹੜੇ ਗਲਤ ਆਂਸਰ ਵੀ ਆ ਸਮਾਜ 'ਚ ਉਹ ਵੀ ਉਨੇ ਵਿੱਚ ਕਾਫੀ ਸਾਰੇ ਜਿਹੜੇ ਮੌਜੂਦ ਗਲਤ ਆਂਸਰ ਨੇ ਉਹ ਇਹੋ ਜਿਹੀਆਂ ਗਲਤ ਹਰਕਤਾਂ ਕਰਦੇ ਆ। ਉਹਦੇ ਵਾਸਤੇ ਸਾਨੂੰ ਚਾਹੀਦਾ, ਇੱਕ ਤਾਂ ਇਹ ਚੀਜ਼ ਚਾਹੀਦੀ ਹੈ ਕਿ ਜਿੰਨੀਆਂ ਤੁਸੀਂ ਅੱਜ ਕੱਲ੍ਹ ਕਹਿ ਲਓ ਪੋਰਨ ਮਟੀਰੀਅਲ ਹੈਗਾ, ਉਹ ਵੈਬਸਾਈਟਸ ਨੇ, ਉਹ ਵੈਬਸਾਈਟ ਨੂੰ ਆਈਡੈਂਟੀਫਾਈ ਕਰਕੇ ਅਤੇ ਸਰਕਾਰ ਨੂੰ ਚਾਹੀਦਾ ਕਿ ਉਹ ਸਾਰੀਆਂ ਦੀਆਂ ਸਾਰੀਆਂ ਬੰਦ ਕਰ ਦੇਣੀਆਂ, ਸ਼ਟ ਡਾਊਨ ਕਰ ਦੇਣੀਆਂ ਚਾਹੀਦੀਆਂ। ਉਹ ਵਿੱਚ ਦੀ ਇੰਟਰਫੀ ਕਰਨ ਹੀ ਨਾ, ਮੋਬਾਈਲਸ ਦੇ ਵਿੱਚ ਕਿਸੇ ਦੇ ਉਹ ਆਉਣ ਨਾ। ਤੁਸੀਂ ਕਈ ਵਾਰੀ ਤੁਸੀਂ ਵੇਖਦੇ ਹੋ ਵੀ ਨਿਊਜ਼ ਪੜ੍ਹ ਰਹੇ ਹੋ ਇਹਦੇ ਉੱਪਰ ਮੋਬਾਈਲ 'ਤੇ, ਅਚਾਨਕ ਹੀ ਕੋਈ ਇਹੋ ਜਿਹਾ ਮਟੀਰੀਅਲ ਆਉਣਾ ਸ਼ੁਰੂ। ਅੱਛਾ, ਜਿਹੜੇ ਯੰਗਸਟਰ ਨੇ ਜਾਂ ਮਾੜੇ ਆਂਸਰ ਨੇ ਉਹ ਚੀਜ਼ਾਂ ਵੇਖਦੇ ਆ, ਉਹਨਾਂ ਦੇ ਮਾਇੰਡ 'ਤੇ ਹੋਰ ਵੀ ਗਲਤ ਇੰਪ੍ਰੈਸ਼ਨ ਜਾਂਦਾ। ਉਹ ਜਿਹੜੀਆਂ ਪੋਰਨ ਸਾਈਟਸ ਨੇ ਉਹ ਬੰਦ ਹੋ ਜਾਣੀਆਂ ਚਾਹੀਦੀਆਂ। ਅੱਛਾ, ਜਿਹੜਾ ਹੁਣ ਬਾਹਰਲਾ ਮਾਹੌਲ ਅਸੀਂ ਵੇਖਣਾ ਵੀ ਪਬਲਿਕ ਦੇ ਵਿੱਚ ਮਾਹੌਲ ਜਿਹੜਾ ਤੁਹਾਡਾ ਸੇਫ ਕਿਵੇਂ ਹੋਣਾ ਚਾਹੀਦਾ। ਹੁਣ ਸਾਡੀ ਇੱਥੇ ਪ੍ਰੋਬਲਮ ਆਉਂਦੀ ਹੈ ਜੀ ਪਬਲਿਕ ਦੇ ਵਿੱਚ ਜਾਂ ਇੰਸਟੀਚਿਊਟਸ ਦੇ ਵਿੱਚ ਮਾਹੌਲ ਤੁਸੀਂ ਕਿਵੇਂ ਸੇ, ਤੀਜਾ ਹੋ ਜੂਗਾ ਜੀ ਤੁਹਾਡਾ ਪ੍ਰਾਈਵੇਟ ਪਲੇਸ ਆ, ਉੱਥੇ ਤੁਸੀਂ ਕਿਵੇਂ, ਉੱਥੇ ਕਿਹਦੀ ਕਿਹਦੀ ਜ਼ਿੰਮੇਵਾਰੀ ਬਣਦੀ ਆ? ਜ਼ਿੰਮੇਵਾਰੀ ਤਾਂ ਓਬਵੀਅਸਲੀ ਸਾਡੇ ਜਿਹੜੇ ਸੀਨੀਅਰਸ ਨੇ ਉਹਨਾਂ ਦੀ ਹੋਈ, ਸਾਡੀ ਸਾਰਿਆਂ ਦੀ ਬਣਦੀ ਆ ਜ਼ਿੰਮੇਵਾਰੀ ਦੇ ਵਿੱਚ। ਮੈਂ ਇਹੀ ਗੱਲ ਕਹਿਣਾ ਚਾਹੂੰਗੀ ਕਿ ਫਸਟ ਆਫ ਆਲ ਤਾਂ ਜਿੰਨੇ ਵੀ ਪਬਲਿਕ ਪਲੇਸਿਸ ਹੈਗੇ ਨੇ ਉੱਥੇ ਇਹ ਸਰਵੀਲੈਂਸ ਜਿਹੜਾ ਹੈਗਾ ਇੱਕ ਹਰ ਥਾਣੇ ਨੂੰ ਜਾਂ ਹਰ ਏਰੀਏ ਨੂੰ ਥੋੜ੍ਹੀ ਇੱਕ ਨਾ, ਜਿਸ ਤਰ੍ਹਾਂ ਹੁਣ ਜੇ ਤੁਸੀਂ ਨਾਰਕੋਟਿਕ ਦਾ ਵੀ ਲੈ ਲਓ, ਜਿੰਨੇ ਵੱਡੇ ਸਪੈਸ਼ਲੀ ਇਹੋ ਜਿਹੀਆਂ ਘਟਨਾਵਾਂ ਤੁਸੀਂ ਵੇਖੋਗੇ, ਇਹ ਬਹੁਤ ਸਾਰੀਆਂ ਘਟਨਾਵਾਂ ਨਾ ਦਿੱਲੀ ਹੋਣਗੀਆਂ, ਕੈਲਕਟਾ 'ਚ ਹੋਣਗੀਆਂ, ਜਿੱਥੇ ਭੀੜ ਭੜੱਕਾ ਵੀ ਆ ਅਤੇ ਜਿੱਥੇ ਜ਼ਿਆਦਾ ਕਰਾਊਡ ਹੈ, ਅਤੇ ਉੱਥੇ ਤੁਹਾਨੂੰ ਆਈਡੈਂਟੀਫਾਈ ਕਰਨਾ ਮੁਜਰਮ ਜਿਹੜਾ ਉਹ ਹੋ ਜਾਂਦਾ। ਉਹਨਾਂ ਜਗ੍ਹਾ ਦੇ ਉੱਤੇ ਕੀ ਚਾਹੀਦਾ ਕਿ ਤੁਹਾਨੂੰ ਸਪੈਸ਼ਲ ਟੁਕੜੀਆਂ ਲਾ ਦੇਣੀਆਂ ਚਾਹੀਦੀਆਂ ਵੀ ਹਾਂਜੀ ਫੀਮੇਲ ਸੁਰੱਖਿਅਤ ਹੈ ਕਿ ਨਹੀਂ ਹੈ।
ਪਹਿਲੀ ਚੀਜ਼ ਤਾਂ ਅਸੀਂ ਕਹਾਂਗੇ ਕਿ ਇਹਦੇ 'ਚ ਇਹ ਹੋਣੀ ਚਾਹੀਦੀ, ਉਹ ਘੁੰਮਦੇ ਫਿਰਦੇ ਰਹਿਣ, ਉਹ ਦੇਖਦੇ ਰਹਿਣ ਵੀ ਸੰਦਿਗਧ ਲੋਕ ਇੱਥੇ ਕੋਈ ਹੈਗੇ ਕਿ ਨਹੀਂ, ਕੁੜੀਆਂ ਦੀ ਸੁਰੱਖਿਆ ਕਿੰਨੀ ਆ, ਇਸ ਚੀਜ਼ ਦਾ ਉਹ ਹਮੇਸ਼ਾ ਹੀ ਸਰਵੇ ਕਰਦੇ ਰਹਿਣ, ਇਹ ਕੰਟੀਨਿਊ ਸਰਵੇ ਚਾਹੀਦਾ, ਇਹ ਚਾਹੀਦਾ ਪਬਲਿਕ ਪਲੇਸ ਦੇ ਉੱਤੇ ਜਿੱਥੇ ਉਹ ਜਿਹੜੀ ਸਪੈਸ਼ਲ ਟੁਕੜੀ ਹੋਵੇ, ਜੇ ਕੋਈ ਇੱਥੇ ਕੋਈ ਮਟੀਰਬਾਜ਼ੀ ਹੋ ਰਹੀ ਹੈ ਕਿਤੇ ਵੀ ਹੋ ਰਹੀ, ਉੱਥੇ ਡਾਂਗ ਵਰਾ ਦੇਵੇ ਬਸ, ਇੱਕ ਵਾਰੀ ਥੋੜ੍ਹੇ ਕੁ ਦਿਨਾਂ ਬਾਅਦ ਉੱਥੇ ਡਾਂਗ ਵਰਦੀ ਹੋਵੇ, ਲੋਕ ਆਪੇ ਟਿਕ ਜਾਣਗੇ ਉੱਥੇ, ਇਹ ਡੰਡੇ ਨਾਲ ਲੋਟ ਆਉਂਦੇ, ਇਹ ਐਂ ਲੋਕ ਲੋਟ ਨਹੀਂ ਆਉਂਦੇ, ਇਹੋ ਜਿਹੇ ਲੋਕ, ਠੀਕ ਹੈ। ਰੇਲਵੇ ਸਟੇਸ਼ਨਾਂ ਦੇ ਉੱਤੇ, ਬੱਸ ਸਟੈਂਡਾਂ ਦੇ ਉੱਤੇ ਸਪੈਸ਼ਲੀ ਤੌਰ ਦੇ ਉੱਤੇ, ਕਿਉਂਕਿ ਲੜਕੀਆਂ ਹੁਣ ਕੋਈ ਬੱਚੇ ਹੋਸਟਲਾਂ 'ਚ ਪੜ੍ਹਦੇ ਆ, ਕੋਈ ਨੌਕਰੀ ਕਰਕੇ ਵਾਪਸ ਆ ਰਹੇ ਆ, ਹੈ ਨਾ, ਉਹ ਪਲੇਸਿਸ ਜਿਹੜੇ ਨੇ ਉਹ ਵਲਨਰੇਬਲ ਪਲੇਸਿਸ ਨੇ, ਵਲਨਰੇਬਲ ਪਲੇਸਿਸ ਜਿਹੜੀਆਂ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਸਰਵੀਲੈਂਸ ਰਹਿਣਾ ਚਾਹੀਦਾ, ਉੱਥੇ ਕੈਮਰੇ ਰਹਿਣੇ ਚਾਹੀਦੇ ਆ, ਕੋਈ ਸੰਦਿਗਧ ਬੰਦੇ ਆ ਅਤੇ ਉਹਨਾਂ ਦੇ ਉੱਤੇ ਜਾਂ ਤਾਂ ਡਾਂਗ ਪਰੇਡ ਹੋ ਜਾਏ ਜੇ ਉੱਥੇ ਵਾਰ ਵਾਰ ਆਉਂਦੇ ਆ, ਨਹੀਂ ਤਾਂ ਉਹਨਾਂ ਦੇ ਉੱਤੇ ਨਿਗਾਹ ਰੱਖਣੀ ਚਾਹੀਦੀ ਹੈ। ਇੱਕ ਉੱਥੇ ਸਪੈਸ਼ਲ ਇਸ ਕੰਮ ਨੂੰ ਟੁਕੜੀ ਹੋਣੀ ਚਾਹੀਦੀ, ਤਾਂ ਕਿ ਫੀਮੇਲ ਜਿਹੜੀ ਆ, ਈਵਨ ਸਾਡੇ ਵਰਗੇ ਅਸੀਂ ਇੰਨੇ ਏਜ ਦੇ ਵੀ ਅੱਜ ਆਪਾਂ ਵੀ ਰਾਤ ਨੂੰ ਜਾਂਦੇ ਹੋਏ ਪ੍ਰੀਕੋਸ਼ਨ ਲੈਂਦੇ ਹਾਂ, ਜਾਂ ਨਾਲ ਇੱਕ ਮੇਲ ਬੰਦਾ ਲੈ ਕੇ ਤੁਰਦੇ ਹਾਂ। ਦੱਸੋ ਇਹ ਸਾਡੀ, ਅਸੀਂ ਭਾਰਤ ਨੂੰ ਮਾਤਾ ਕਹਿੰਦੇ ਹਾਂ, ਨਾਲੇ ਮਾਤਾ ਦਾ ਦਰਜਾ ਦਿੰਦੇ ਹਾਂ, ਇਹ ਇੱਥੇ ਕੁੜੀਆਂ ਦੇ ਇਹ ਹਾਲਾਤ ਆ ਵੀ ਲੇਡੀਜ਼ ਵੀ ਰਾਤ ਨੂੰ ਕਿਤੇ ਇਕੱਲੀਆਂ ਨਹੀਂ ਜਾਂਦੀਆਂ, ਕਾਰ 'ਚ ਵੀ ਜਾਣਗੇ, ਉਹ ਨਾਲ ਇੱਕ ਜੈਂਟਸ ਨੂੰ ਪ੍ਰੈਫਰ ਕਰਨਗੇ ਵੀ ਕੋਈ ਸਾਡਾ ਜਿਹਾ ਕੰਮ ਜਿੱਥੇ ਕਰ ਰਿਹਾ ਸਾਨੂੰ ਜੈਂਟਸ ਘਰ ਛੱਡ ਕੇ ਆਵੇ ਜਾਂ ਲੈ ਕੇ ਆਵੇ। ਦਿਸ ਇਜ਼ ਵੈਰੀ, ਆਈ ਮੀਨ ਸੇ ਕਿ ਬਹੁਤ ਹੀ ਇੱਕ ਸ਼ਰਮਨਾਕ ਚੀਜ਼ ਹੈ ਸਾਡੇ ਸਮਾਜ ਦੇ ਵਾਸਤੇ, ਹੈ ਨਾ। ਸਕੂਲਾਂ ਦੇ ਵਿੱਚ ਇਹਦੀ ਸਿੱਖਿਆ ਤਾਂ ਵੈਸੇ ਦਿੰਦੇ ਆ, ਸਕੂਲਾਂ 'ਚ ਸਾਡੇ ਭਤੀਜੇ ਭਤੀਜੀਆਂ ਪੜ੍ਹਦੇ ਉਹ ਦੱਸਦੇ, ਉਹ ਕਹਿੰਦੇ ਵੀ ਸਕੂਲ 'ਚ ਕਲਾਸਾਂ ਲੱਗਦੀਆਂ ਇਹਨਾਂ ਦੀਆਂ ਅਲੱਗ ਅੱਜ ਕੱਲ੍ਹ, ਅਤੇ ਉਹ ਲੜਕੇ ਲੜਕੀਆਂ ਨੂੰ ਦਿੰਦੇ ਨੇ ਸਿੱਖਿਆ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਨਾ ਚਾਹੀਦਾ, ਅਲੱਗ ਕਰਕੇ ਲੜਕੀਆਂ ਨੂੰ ਵੀ ਸਿੱਖਿਆ ਦਿੰਦੇ ਹੈਗੇ ਆ ਸਕੂਲਾਂ 'ਚ, ਜਿਹੜੇ ਕੋਨਵੈਂਟ ਸਕੂਲ ਹੋ ਗਏ, ਇੰਗਲਿਸ਼ ਮੀਡੀਅਮ ਸਕੂਲ, ਉਹਨਾਂ 'ਚ ਤਾਂ ਦਿੰਦੇ ਆ, ਸਰਕਾਰੀ ਦਾ ਮੈਨੂੰ ਹੁਣ ਨਹੀਂ ਪਤਾ ਹੈਗਾ ਵੀ ਕਿਵੇਂ ਚੱਲ ਰਿਹਾ ਕੰਮ, ਉੱਥੇ ਵੀ ਇਹ ਸਿੱਖਿਆ ਦੇਣੀ ਚਾਹੀਦੀ ਹੈ। ਹੁਣ ਰਹਿ ਗਏ ਜੀ ਇੰਸਟੀਟਿਊਟ, ਜਿੰਨੇ ਹੁਣੇ ਹੋਸਪਿਟਲ ਸੀ, ਹੋਸਪਿਟਲ ਅਸੀਂ ਅੱਗੇ ਵੀ ਕਈ ਵਾਰੀ ਹੋਸਪਿਟਲ ਦੇਖਦੇ ਹਾਂ ਰਾਤ ਨੂੰ, ਕਿਉਂਕਿ ਜਿਹੜੇ ਡਾਕਟਰ ਹੁੰਦੇ ਆ ਵਿਚਾਰੇ ਅੰਦਰ ਕੋਰੀਡੋਰ ਵੱਡੇ ਵੱਡੇ ਹੁੰਦੇ ਆ, ਉਹ ਇਕੱਲੀਆਂ ਹੀ ਕੁੜੀਆਂ ਨਰਸਾਂ ਤੁਰੀਆਂ ਫਿਰਦੀਆਂ, ਬਾਕੀ ਥੋੜ੍ਹੇ ਜਿਹੜੇ ਇਹਨਾਂ ਦੇ ਨਾਲ ਮਰੀਜ਼ ਹੁੰਦੇ ਆ, ਉਹਨਾਂ ਦੇ ਨਾਲ ਅਟੈਂਡੈਂਟ ਆਏ ਹੁੰਦੇ ਆ, ਉਹ ਵੀ ਉੱਥੇ ਵਿਚਾਰੇ ਰਾਤ ਨੂੰ ਅਗਲਿਆਂ ਨੂੰ ਦਵਾਈਆਂ ਪਿੱਛੇ ਇੱਧਰ ਉੱਧਰ ਭੱਜੇ ਫਿਰਦੇ ਹੁੰਦੇ ਆ, ਅਣਸੁਖਾਵੀਂ ਘਟਨਾ ਤਾਂ ਹਰ ਕਿਤੇ ਹੋ ਸਕਦੀ ਹੁੰਦੀ ਆ। ਉੱਥੇ ਜਿੰਨੇ ਵੀ ਕਿਹੜੇ ਵੀ ਇਹੋ ਜਿਹੇ ਥਾਂ ਨੇ, ਉਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਪ੍ਰੋਪਰ ਸਰਵੀਲੈਂਸ ਕੈਮਰੇ ਹੋਣੇ ਚਾਹੀਦੇ ਆ। ਇੱਕ ਪੰਜ ਚਾਰ ਬੰਦਿਆਂ ਦੀ ਉੱਥੇ ਇੰਟਰਨਲ ਸਿਕਿਉਰਿਟੀ ਦੀ ਟੀਮ ਬਣਾ ਦੇਣ ਵੀ ਜਿਹੜੇ ਉੱਥੇ ਤੁਰੇ ਫਿਰਦੇ ਦੇਖਦੇ ਰਹਿਣ, ਜਦੋਂ ਇਹੋ ਜਿਹੇ ਆਂਸਰ ਨੂੰ ਪਤਾ ਹੋਵੇ ਨਾ ਵੀ ਉੱਥੇ ਸਿਕਿਉਰਿਟੀ ਟੀਮ ਹੈਗੀ ਆ ਜਿਹੜੀ ਹਰ ਵੇਲੇ ਉਹਨਾਂ ਦੇ ਉੱਤੇ ਨਿਗਾਹ ਰੱਖਦੀ ਆ, ਕਿਤੇ ਇਹੋ ਜਿਹੀ ਘਟਨਾ ਹੋਣੀ ਬਹੁਤ ਹੀ ਘੱਟ ਜੂਗੀ, ਬਹੁਤ ਰੇਅਰ ਚਾਂਸ ਕਿਤੇ ਰਹਿ ਜੂਗਾ, ਨਹੀਂ ਤਾਂ ਨਹੀਂ ਹੋਊਗਾ, ਠੀਕ ਹੈ। ਉਹਦੇ ਵਿੱਚ ਜਿਹੜੀ ਇੰਟਰਨਲ ਪੌਸ਼ ਦੀ ਕਮੇਟੀ ਆ, ਫਿਰ ਉਹ ਜਿਹੜੀ ਕਮੇਟੀ ਹੋਣੀ ਚਾਹੀਦੀ, ਉਹ ਪੌਸ਼ ਨੂੰ ਜਾ ਕੇ ਉਹ ਆਪਦੀ ਰਿਪੋਰਟ ਦਿੰਦੀ ਰਹੇ ਵੀ ਹਾਂ ਵੀ ਸਾਨੂੰ ਆਹ ਬੰਦੇ ਦੀ ਗਤੀਵਿਧੀ ਸੰਦਿਗਧ ਲੱਗਦੀ ਆ, ਇਹਦੇ ਉੱਤੇ ਤੁਸੀਂ ਵਾਚ ਕਰੋ, ਫਿਰ ਉਹਦੇ 'ਤੇ ਸੀਕ੍ਰੇਟਲੀ ਵਾਚ ਵੀ ਰੱਖੀ ਜਾ ਸਕਦੀ ਹੈ। ਇਹੋ ਜਿਹਾ ਜੇ ਇਹੋ ਜਿਹਾ ਬੰਦਾ ਇੱਕਦਮ ਦਾ ਨਹੀਂ ਇਹੋ ਜਿਹੀ ਹਰਕਤ ਕਰਦਾ, ਉਹਦੀਆਂ ਪਹਿਲਾਂ ਵੀ ਹਰਕਤਾਂ ਹੋਣਗੀਆਂ, ਕੀ ਪਤਾ ਵੀ ਉੱਥੇ ਉਹਨੇ ਪਹਿਲਾਂ ਕੋਈ ਕਿਸੇ ਮਰੀਜ਼ ਨੇ ਇਹੋ ਜਿਹੀ ਹਰਕਤ ਕੀਤੀ ਹੋਵੇ, ਜਾਂ ਕੀ ਪਤਾ ਲੱਗਦਾ ਹੈਗਾ ਕਿ ਕਿਸੇ ਮਰੀਜ਼ ਨਾਲ ਕੋਈ ਇਹ ਹਰਕਤ ਕਰ, ਮਰੀਜ਼ ਵਿਚਾਰਿਆ ਜਿੱਥੇ ਮਰੀਜ਼ ਹੀ ਪਿਆ ਵਾ ਉਹ ਤਾਂ ਪਹਿਲਾਂ ਹੀ ਉੱਥੇ ਬਿਮਾਰ ਪਿਆ, ਉੱਥੇ ਕੋਈ ਇਹੋ ਜਿਹੀ ਉਹਦੇ ਨਾਲ ਅਣਸੁਖਾਂ ਵੀ ਮਰੀਜ਼ ਨਾਲ ਹੀ ਘਟਨਾ ਹੋ ਜਾਵੇ, ਦੁਰਘਟਨਾ ਹੋ ਜਾਵੇ, ਉਹ ਕਿੱਥੇ ਜਾਊਗਾ, ਪਹਿਲਾਂ ਤਾਂ ਮੈਨੂੰ ਐਂ ਦੱਸੋ। ਇਹ ਸਾਡੀ ਉੱਥੋਂ ਏਰੀਏ ਦੀ ਜਿਹੜੀ ਆ ਉਵੇਂ ਸੁਰੱਖਿਆ। ਫਿਰ ਤੀਜੀ ਘਟਨਾ ਹੋ ਜਾਂਦੀ ਹੈ, ਜਿਹੜੇ ਆਪਣੇ ਘਰ ਹੈ, ਪ੍ਰਾਈਵੇਟ ਪਲੇਸ ਹੈ, ਉੱਥੇ ਤੁਸੀਂ ਕਿਵੇਂ ਕਰਨੀ ਹੈ। ਜਿਹੜੇ ਪ੍ਰਾਈਵੇਟ ਪਲੇਸ ਹੈ ਉੱਥੇ ਵੀ ਪ੍ਰੋਵੀਜ਼ਨ ਤਾਂ ਹੈਗਾ ਹੀ ਆ, ਅੱਜ ਕੱਲ੍ਹ ਮਾਵਾਂ ਬੜੀ ਵਾਰੀ ਕਿਤੇ ਲੜਕੀਆਂ ਦੇ ਨਾਲ ਜਾਂ ਫੈਮਿਲੀ 'ਚ ਹੁੰਦੇ, ਅਸੀਂ ਦੇਖਦੇ ਹਾਂ ਕਿ ਇੱਕ ਮਦਰ ਹੀ ਬਹੁਤ ਵਾਰੀ ਮਦਰ ਨੇ ਐਲੀਗੇਸ਼ਨ ਲਾਇਆ ਹੋਇਆ ਹੁੰਦਾ ਵੀ ਮੇਰੀ ਲੜਕੀ ਜਾਂ ਸਾਡੀ ਭਤੀਜੀ ਜਾਂ ਕੋਈ ਵੀ ਘਰ ਦੀ ਫੀਮੇਲ ਆ ਉਹਦੇ ਨਾਲ ਮੇਲ ਮੈਂਬਰਸ ਨੇ ਇੱਦਾਂ, ਅਸੀਂ FIR ਦੇਖਦੇ ਹਾਂ ਕੋਰਟ ਦੇ ਵਿੱਚ। ਪਰ ਉੱਥੇ ਇਹ ਕਹਿਤਾ ਜਾਂਦਾ ਵੀ ਇਹ ਜੀ ਇਹਨਾਂ ਦਾ ਆਪਸ 'ਚ ਮੈਟਰੀਮੋਨੀਅਲ ਡਿਸਪਿਊਟ ਸੀ ਅਤੇ ਇਸ ਕਰਕੇ ਇਹਨਾਂ ਨੇ ਐਲੀਗੇਸ਼ਨ ਲਗਾਏ ਆ।
ਠੀਕ ਹੈ, ਹੁਣ ਉਸ ਐਲੀਗੇਸ਼ਨ ਨੂੰ ਵੀ ਰੂਲ ਆਊਟ ਕਰਨ ਦੇ ਵਾਸਤੇ ਕੀ ਚਾਹੀਦਾ ਕਿ ਉਹਨਾਂ ਦੀ ਜਿਹੜੀ ਚੈਟ ਹੈ, ਜਿਹੜਾ ਸਾਨੂੰ ਮੋਬਾਈਲ ਫੋਨ ਦਾ ਡਾਟਾ ਹੈਗਾ ਨਾ, ਉਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਤੋਂ ਲੈ ਰਹੇ ਹੋ ਉਦੋਂ ਹੀ ਲੈ ਲਓ। ਹੁਣ ਵਟਸਐਪ ਕੰਪਨੀ ਤੁਹਾਨੂੰ ਜਿਹੜੀ ਹੈਗੀ ਹੈ, ਐਪਲ ਹੈ ਜਿਹੜੀ ਕੰਪਨੀ ਕਹਿ ਲਓ, ਉਹ ਤੁਹਾਨੂੰ ਦਿੰਦੀ ਨਹੀਂ, ਡਾਟਾ ਨਹੀਂ ਦਿੰਦੀ। ਫਿਰ ਤੁਸੀਂ ਉਹਨਾਂ ਨੂੰ ਕਹੋ ਅਸੀਂ ਤੁਹਾਨੂੰ ਪਰਮਿਸ਼ਨ ਨਹੀਂ ਦਿੰਦੇ, ਤੁਸੀਂ ਉਹਨਾਂ ਦਾ ਡਾਟਾ ਲਓ ਸੀਕ੍ਰੇਟਲੀ। ਜਿਹੜੀ ਤੁਹਾਡੀ ਇਨਵੈਸਟੀਗੇਸ਼ਨ ਟੀਮ ਹੈ ਉਹ ਇੱਕ ਉਹਨੂੰ ਥੋੜ੍ਹਾ ਸਾਇੰਟੀਫਿਕ ਹੋਰ ਕਰ ਦਿਓ, ਉਹਦੇ ਇਸ ਕੰਮ ਨੂੰ ਸਪੈਸ਼ਲਾਈਜ਼ਡ ਬਣਾ ਦਿਓ ਸਾਈਬਰ ਕ੍ਰਾਈਮ ਵਾਲਿਆਂ ਨੂੰ, ਕਿ ਉਹ ਡਾਟਾ ਲੈ ਲੈਣ, ਉਹਨੂੰ ਖੰਗਾਲ ਲੈਣ। ਜਿਹੜੇ ਬੰਦੇ ਨੇ ਕੋਈ ਇਹੋ ਜਿਹੀ ਹਰਕਤ ਕੀਤੀ ਹੁੰਦੀ, ਉਹ ਪਹਿਲੀ ਵਾਰੀ ਅਚਾਨਕ ਆਲ ਆਫ ਸਡਨ ਹੀ ਹੋਈ ਹੁੰਦੀ, ਉਹਦੀਆਂ ਪਹਿਲੀ ਹਰਕਤਾਂ ਉਹਦੇ ਕੰਡਕਟ ਉਹਦਾ ਮਾੜਾ ਹੁੰਦਾ, ਅਤੇ ਉੱਥੋਂ ਵੀ ਉਹ ਆਇਡੈਂਟੀਫਾਈ ਕਰਕੇ ਉਹਨੂੰ ਸਹੀ ਸਜ਼ਾ ਪਿੱਛੇ ਦਵਾਈ ਜਾ ਸਕਦੀ ਹੈ। ਤੀਜੀ ਗੱਲ ਸਾਡੀ ਇਹ ਰਹਿ ਗਈ ਵੀ ਮੀਡੀਆ ਦੇ ਵਿੱਚ ਇਹ ਸਾਡੀ ਅੱਗੇ ਤਾਂ ਪਿੱਛੇ ਨਾ ਬੱਸਾਂ ਤੱਕ ਵੀ ਇਹ ਚੱਲਦਾ ਰਿਹਾ ਵੀ ਲੜਕੀਆਂ ਵਾਸਤੇ 0009 ਕੁਛ ਇੱਦਾਂ ਹੁੰਦਾ ਸੀਗਾ ਨੰਬਰ, ਹੈ ਨਾ, ਬੱਸ 'ਚ ਵੀ ਚੱਲਦਾ ਹੁੰਦਾ ਸੀ। ਅਸੀਂ ਕਈ ਵਾਰੀ ਆਉਣਾ ਦੇਖਣਾ ਕਿ ਕਿਸੇ ਲੜਕੀ ਨਾਲ ਕੋਈ ਛੇੜਛਾੜ ਦੀ ਘਟਨਾ ਹੋ ਰਹੀ ਹੈ ਜਾਂ ਕਿਵੇਂ, ਉਹ ਇਹਦੇ ਉੱਤੇ ਫੋਨ ਕਰ ਸਕਦੀ ਹੈ ਨਾ। ਉਹ ਵੀ ਇੱਕ ਚੰਗੀ ਗੱਲ ਆ ਵੀ ਪਬਲਿਕ ਜਿਹੜੇ ਤੁਹਾਡੇ ਟਰਾਂਸਪੋਰਟ ਦੇ ਵਹੀਕਲਸ ਨੇ ਜਾਂ ਮੀਡੀਆ, ਸਰਕਾਰੀ ਮੀਡੀਆ ਵੀ ਆ ਜਾਂ ਪ੍ਰਾਈਵੇਟ ਮੀਡੀਆ ਵੀ ਆ, ਉਹਦੇ ਵਿੱਚ ਵੀ ਇਹ ਜਿਸ ਤਰ੍ਹਾਂ ਅੱਗੇ ਐਡ ਦਿੰਦੇ ਸੀ ਨਾ ਵੀ ਪਾਪੂਲੇਸ਼ਨ ਘੱਟ ਹੋਵੇ, ਠੀਕ ਹੈ, ਜਾਂ ਇਨਵਾਇਰਮੈਂਟ ਦੀ ਆਪਾਂ ਦਿੰਦੇ ਹਾਂ, ਪੁਸ਼ਿੰਗ ਐਡਸ ਦਿੰਦੇ ਹਾਂ, ਉਹ ਥੋੜ੍ਹੀਆਂ ਥੋੜ੍ਹੀਆਂ ਇਸ ਲੜਕੀਆਂ ਦੀ ਸੁਰੱਖਿਆ ਵਾਸਤੇ ਵੀ ਸਾਨੂੰ ਐਡ ਬਣਾ ਕੇ ਜਿਹੜੀਆਂ, ਅਤੇ ਸਜ਼ਾ ਕਿੰਨੀ ਗੰਭੀਰ ਹੈ ਇਹ ਵੀ ਦੱਸਣਾ ਚਾਹੀਦਾ। ਬਹੁਤੇ ਲੋਕਾਂ ਨੂੰ ਸਜ਼ਾ ਦਾ ਪਤਾ ਨਹੀਂ ਹੈ, ਜਦੋਂ ਸਜ਼ਾ ਦਾ ਪਤਾ ਲੱਗ ਗਿਆ ਨਾ ਵੀ ਬਾਈ ਇਹ 20 ਸਾਲ ਸਜ਼ਾ ਜਾਂ ਅਨਟਿਲ ਡੈਥ ਵੀ ਹੋ ਸਕਦੀ ਆ, ਅਤੇ ਘਟਨਾ ਦੀ ਸਿਵੇਰਿਟੀ ਬਹੁਤ ਘੱਟ ਜੂਗੀ। ਇੱਕ ਵਾਰ ਸਾਨੂੰ ਥੋੜ੍ਹਾ ਕਾਨੂੰਨ ਦੇ ਤਰੀਕੇ ਦੇ ਨਾਲ ਸਮਝਾ ਦਿਓ ਕਿ ਕਿਹੜੀਆਂ ਕਿਹੜੀਆਂ ਸਜ਼ਾਵਾਂ ਨੇ ਅਤੇ ਕੀ ਕੇਸ ਲੱਗ ਸਕਦੇ ਆ। ਜਿਸ ਤਰ੍ਹਾਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਉਸਨੂੰ ਫਾਂਸੀ ਦਿੱਤੀ ਜਾਵੇ, ਕੀ ਇਸਦੇ ਵਿੱਚ ਫਾਂਸੀ ਦੀ ਵੀ ਸਜ਼ਾ ਹੋ ਸਕਦੀ? ਡੈਥ ਇਹਦੇ ਵਿੱਚ ਡੈਥ ਦੀ ਹੈਗੀ ਹੈ ਪ੍ਰੋਵੀਜ਼ਨ, ਜਿਹੜਾ ਹੁਣ ਇਸ ਟਾਈਮ ਦੇ ਉੱਪਰ ਇਹਨਾਂ ਨੇ ਸੈਪਰੇਟ BNSS 'ਚ ਮੈਂ ਤੁਹਾਨੂੰ ਦਿਖਾਉਂਦੀ ਹਾਂ, ਸੈਕਸ਼ਨ 63 ਤੋਂ ਸ਼ੁਰੂ ਹੋ ਜਾਂਦਾ, ਜਿਹੜਾ ਸੈਕਸ਼ਨ 66 ਹੈ ਨਾ, ਉਹ ਇਹ ਕਹਿੰਦਾ ਪਨਿਸ਼ਮੈਂਟ ਫੋਰ ਕੋਜ਼ਿੰਗ ਡੈਥ ਔਰ ਰਿਜ਼ਲਟਿੰਗ ਇਨ ਏ ਪਰਸਿਸਟੈਂਟ ਵੈਜੀਟੇਟਿਵ ਸਟੇਟ ਆਫ ਅ ਵਿਕਟਮ। ਠੀਕ ਹੈ, ਇਹਦੇ ਇਹ ਧਾਰਾ 66 ਨੰਬਰ ਹੈ ਜਿਹੜੀ, ਇਹਦੇ ਵਿੱਚ ਇਹ ਪ੍ਰੋਵੀਜ਼ਨ ਹੈਗਾ ਕਿ ਤੁਹਾਨੂੰ ਡੈਥ ਵੀ, ਡੈਥ ਸੈਂਟੈਂਸ ਵੀ ਮਿਲ ਸਕਦੀ ਹੈ, ਕਿ ਜਿਵੇਂ ਕੋਈ ਕਹਿੰਦੇ ਕਿ ਇਹ ਵਾਲਾ ਓਫੈਂਸ ਕਰਦੇ ਹੋਏ ਤੁਹਾਨੂੰ ਡੈਥ ਕੋਜ਼ ਕਰ ਦਿੰਦਾ, ਜਾਂ ਵਿਮੈਨ ਨੂੰ ਵੈਜੀਟੇਟਿਵ ਸਟੇਟ 'ਚ ਹੋ ਜਾਂਦੀ ਹੈ। ਮਤਲਬ ਉਹ ਅੱਗੇ ਪਿੱਛੇ ਕੇਸ ਸੀਗਾ, ਉਹ ਜਿਹੜੀ ਪੂਨੇ ਦੀ ਲੇਡੀ ਸੀ ਉੱਧਰ ਮਹਾਰਾਸ਼ਟਰ 'ਚ ਨਾ, ਉਹ ਕਿੰਨੇ ਸਾਲ ਵੈਜੀਟੇਟਿਵ ਸਟੇਟ ਹੁੰਦੀ, ਉਹਨੂੰ ਕੋਈ ਸੁਰਤੀ ਨਹੀਂ ਹੁੰਦੀ, ਉਹ ਵਿਚਾਰਾ ਜਿਹਨੂੰ ਆਪਾਂ ਕਹਿੰਦੇ ਕੋਮਾ 'ਚ ਹੀ ਚੱਲਿਆ ਗਿਆ। ਕਈ ਵਾਰ ਇੱਦਾਂ ਕੋਈ ਮਰੀਜ਼ ਕੋਮਾ 'ਚ ਵੀ ਜਾ ਸਕਦਾ। ਹੁਣ ਉਸ ਸਿਚੁਏਸ਼ਨ ਦੇ ਵਿੱਚ ਡੈਥ ਸੈਂਟੈਂਸ ਦੀ ਪ੍ਰੋਵੀਜ਼ਨ ਹੈਗੀ ਹੈ ਆਪਣੇ ਕਾਨੂੰਨ ਦੇ ਵਿੱਚ, ਧਾਰਾ 66 ਦੇ ਵਿੱਚ ਦਿੱਤੀ ਗਈ ਹੈ। ਅੱਛਾ, ਜਿੰਨੀਆਂ ਵੀ ਹੁਣ ਜਿਵੇਂ ਰੇਪ ਦੀ ਤੁਹਾਨੂੰ ਮੈਂ ਦੱਸਦੀ ਹਾਂ, ਧਾਰਾ ਰੇਪ ਕਿਹਨੂੰ ਕਹਿੰਦੇ ਆ, ਠੀਕ ਹੈ, ਉਹਦੇ ਵਿੱਚ 63 ਹੈ, ਫਿਰ ਪਨਿਸ਼ਮੈਂਟ ਆਫ ਰੇਪ ਹੈ, ਉਹਦੀ ਡਿਫਰੈਂਟ ਸੈਕਸ਼ਨ ਹੈ, ਇਹ ਜੀ ਆ ਗਿਆ ਆਪਣਾ 65 ਆ ਗਈ, 66 ਆ ਗਿਆ, 66 ਤੁਹਾਨੂੰ ਦੱਸਤਾ ਵੀ ਜਿੱਦਾਂ ਵੈਜੀਟੇਟਿਵ ਸਟੇਟ ਜਿਸ 'ਚ ਡੈਥ ਸੈਂਟੈਂਸ ਹੈ, 67 ਹੈਗਾ ਵੀ ਜੇ ਕੋਈ ਹਸਬੈਂਡ ਸੈਪਰੇਸ਼ਨ ਦੇ ਦੌਰਾਨ ਆਪਣੀ ਵਾਈਫ ਨਾਲ ਮਤਲਬ ਰੇਪ ਕਰਦਾ ਤਾਂ ਉਹਦੇ ਵਿੱਚ ਸਜ਼ਾ ਦੀ ਪ੍ਰੋਵੀਜ਼ਨ ਦਿੱਤਾ ਗਿਆ। 68 ਦੇ ਵਿੱਚ ਉਹਨਾਂ ਨੇ ਦਿੱਤਾ ਗਿਆ ਕਿ ਪਰਸਨ ਜਿਹੜਾ ਅਥੋਰਟੀ ਦੇ ਵਿੱਚ ਹੈ, ਤੁਹਾਡੇ ਮਤਲਬ ਕੋਈ ਹੈੱਡ ਹੈ, ਸਪੋਜ਼ ਕਰੋ ਕਿ ਇਨ ਕੇਸ ਜਿਵੇਂ ਜੇਲ੍ਹ ਸੁਪਰਡੈਂਟ ਹੋ ਗਿਆ ਜਾਂ ਹੋਸਪਿਟਲ ਦਾ ਮੈਨੇਜਮੈਂਟ ਦਾ ਕੋਈ ਅਧਿਕਾਰੀ ਹੋ ਗਿਆ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਹੈ ਨਾ, ਉਹਦੇ ਵਿੱਚ ਅਲੱਗ ਪ੍ਰੋਵੀਜ਼ਨ ਹੈਗਾ, ਉਹ 'ਚ ਵੀ 10 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਹੈ। ਔਰ ਇਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਕੋਈ
ਕਿਸੇ ਨੂੰ ਇੰਪਲੋਏ ਕਰਦਾ ਡਿਸੀਟਫੁਲ ਮੀਨ ਨਾਲ, ਧੋਖੇਬਾਜ਼ੀ ਨਾਲ ਕਿਸੇ ਵੀ ਲੇਡੀ ਨੂੰ ਤੁਸੀਂ ਇੰਪਲੋਇਮੈਂਟ 'ਤੇ ਰੱਖਦੇ ਹੋ, ਅਤੇ ਇੰਪਲੋਇਮੈਂਟ 'ਤੇ ਰੱਖ ਕੇ ਤੁਸੀਂ ਉਦੋਂ ਬਾਅਦ ਉਸ ਲੜਕੀ ਨੂੰ ਉਹਦੇ ਨਾਲ ਤੁਸੀਂ ਰੇਪ ਕਰਦੇ ਹੋ, ਅਤੇ ਉਹਦੇ ਵਿੱਚ ਵੀ 10 ਸਾਲ ਦੀ ਸਜ਼ਾ, ਇਹ ਸੈਕਸ਼ਨ 69 ਆ ਗਿਆ। ਫਿਰ ਗੈਂਗ ਰੇਪ ਦੀ ਜਿਹੜੀ ਪਰਿਭਾਸ਼ਾ ਉਹ ਸੈਕਸ਼ਨ 70 ਦੇ ਵਿੱਚ ਦਿੱਤੀ ਗਈ ਹੈ ਕਿ ਅੱਗੇ ਨਾ ਗੈਂਗ ਰੇਪ ਜਿਹੜਾ ਸੀ ਉਹਨਾਂ ਨੇ 2 ਪਾਰਟ 'ਚ ਵੰਡਤਾ ਸੀਗਾ। ਇੱਕ ਪਾਰਟ 'ਤੇ ਇਹ ਸੀਗਾ ਵੀ 3 ਪਾਰਟ ਦੇ ਵਿੱਚ ਸੀ, ਇੱਕ ਤਾਂ ਲੇਡੀ ਨਾਲ ਹੋਇਆ, ਠੀਕ ਹੈ, ਮੇਜਰ ਨਾਲ 18 ਈਅਰ ਅਬਵ, ਇੱਕ 16 ਈਅਰ ਦੀ ਏਜ ਦਾ ਬਾਲ ਰੱਖਿਆ ਸੀ, ਇੱਕ 12 ਈਅਰ ਦਾ ਰੱਖਿਆ ਸੀ। ਹੁਣ ਇਹ ਕੀ ਕੀਤਾ ਇਹਨਾਂ ਨੇ, ਇਹਨੂੰ 2 ਪਾਰਟ ਦੇ ਵਿੱਚ ਵੰਡਿਆ ਗੈਂਗ ਰੇਪ ਨੂੰ। ਤੀਸਰਾ ਪਾਰਟ ਜਿਹੜਾ ਹੈ, ਕਿਉਂਕਿ ਜੇ ਬੱਚੇ ਨਾਲ ਹੁੰਦਾ 12 ਸਾਲ ਦਾ ਜਾਂ ਉਦੋਂ ਘੱਟ ਹੈਗਾ, ਉਹ ਵਾਲੇ ਨੂੰ ਹੁਣ ਇਹ ਪੋਕਸੋ ਦੇ ਵਿੱਚ ਲੈ ਕੇ ਆ ਗਏ ਆ, ਜਿਹੜੇ ਪੋਕਸੋ ਉਹਨੂੰ ਡੀਲ ਕਰ ਰਹੇ ਆ, ਸਾਡੇ ਇੱਕ ਅਲੱਗ ਬਣਿਆ। ਅਤੇ ਇਹਦੇ ਵਿੱਚ ਵੀ ਤੁਹਾਡੀ ਜਿਹੜੀ ਹੈਗੀ ਆ ਨੈਚੁਰਲ ਲਾਈਫ ਜਿਹੜੀ ਹੈਗੀ ਆ ਰਿਮੈਂਡਰ, ਇਹਦੇ 'ਚ ਡੈਥ ਪਨਿਸ਼ਮੈਂਟ ਤਾਂ ਨਹੀਂ ਹੈਗੀ, ਜਦਕਿ ਅਸੀਂ ਤਾਂ ਮੰਨਦੇ ਹਾਂ ਵੀ ਕਿ ਗੈਂਗਰੇਪ ਕੋਈ ਇਹੋ ਜਿਹਾ ਹੁੰਦਾ ਅਤੇ ਉਹਦੇ 'ਚ ਡੈਥ ਪਨਿਸ਼ਮੈਂਟ ਹੋਣੀ ਚਾਹੀਦੀ ਸੀ ਸੈਕਸ਼ਨ 70 ਦੇ ਵਿੱਚ। ਇੱਥੇ ਸਿਰਫ ਪਨਿਸ਼ਮੈਂਟ ਫੋਰ ਲਾਈਫ ਹੈ ਔਰ ਰਿਮੈਂਡਰ ਆਫ ਲਾਈਫ ਹੈ, ਮਤਲਬ ਸਾਰੀ ਲਾਈਫ ਉਹਦੇ ਵਿੱਚ ਹੈਗੀ ਹੈ। ਉਮਰ ਕੈਦ ਦਾ ਮਤਲਬ ਇੱਕ ਐਂ ਹੁੰਦਾ ਨਾ, ਉਮਰ ਕੈਦ ਦੇਖੋ ਜੀ 14 ਸਾਲ ਹੋ ਜਾਂਦੇ ਆ ਜਾਂ 20 ਸਾਲ ਹੋ ਜਾਂਦੇ ਨਾ, ਉਦੋਂ ਬਾਅਦ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ ਜੇਲ੍ਹ। ਇੱਦਾਂ ਦਾ ਹਿੰਦੁਸਤਾਨ ਦਾ ਜਿਹੜਾ ਸਾਡਾ ਰਮਿਸ਼ਨ ਦਾ ਇੱਕ ਕਾਨੂੰਨ ਵੀ ਹੈਗਾ, ਇਹ ਕਾਨੂੰਨ ਹੁਣ ਜਿਹੜੀ ਉਮਰ ਕੈਦ ਆ ਉਹ ਬਹੁਤ ਸਾਰੇ ਕੇਸਾਂ 'ਚ ਵਿੱਚ ਐਂ ਵੀ ਆ ਰਹੀ ਹੈ ਵੀ ਜਿਹੜੀ ਰਿਮੈਂਡਰ ਆਫ ਲਾਈਫ, ਸਾਰੀ ਲਾਈਫ ਅੱਗੇ ਉਹ ਸਾਰੀ ਲਾਈਫ ਉਹਨੂੰ, ਹਾਂ, ਜਦ ਤੱਕ ਉਹਦੀ ਡੈਥ ਨਹੀਂ ਹੁੰਦੀ ਉਦੋਂ ਤੱਕ ਉਹਨੂੰ ਅੰਦਰ ਹੀ ਰਹਿਣਾ ਪਊਗਾ, ਇਹ ਹੈਗੀ ਹੈ। ਫਿਰ ਪਨਿਸ਼ਮੈਂਟ ਫੋਰ ਰਿਪੀਟ ਅਫੈਂਡਰਸ ਵੀ ਆ ਗਿਆ 71, ਵੀ ਜੇ ਕੋਈ ਇਹੋ ਜਿਹੇ ਅਫੈਂਸ ਦੁਬਾਰਾ ਕਰਦਾ ਉਹਦੀ ਕੀ ਪਨਿਸ਼ਮੈਂਟ ਹੈਗੀ ਹੈ। ਉਹਦੇ 'ਚ ਵੀ ਲਾਈਫ ਔਰ ਵਿਦ ਡੈਥ, ਉਹਦੇ 'ਚ ਵੀ ਡੈਥ ਸੈਂਟੈਂਸ ਦੀ ਪ੍ਰੋਵੀਜ਼ਨ ਹੈ, ਕਿਉਂਕਿ ਜਿਹੜੇ ਕਈ ਵਾਰ ਇੱਦਾਂ ਦੇ ਸਾਈਕੋ ਬੰਦੇ ਆ ਉਹ ਇੱਕ ਕੇਸ ਨਹੀਂ ਹੁੰਦੇ, ਉਹ ਕਈ ਕੇਸਿਸ ਦੇ ਵਿੱਚ ਇਨਵੋਲਵ ਹੁੰਦੇ ਆ। ਫਿਰ ਇਦੋਂ ਬਾਅਦ 72 ਦੇ ਵਿੱਚ ਆ ਗਿਆ ਵੀ ਤੁਸੀਂ ਉਹਦੀ ਆਈਡੈਂਟੀ ਨਹੀਂ ਕਰ ਸਕਦੇ ਵਿਕਟਮ ਦੀ ਇਹੋ ਜਿਹੇ ਅਫੈਂਸਿਸ ਦੇ ਵਿੱਚ ਨਾ। ਅਤੇ ਇਹ ਕਾਨੂੰਨ ਤਾਂ ਸਾਡੇ ਪੂਰਾ ਸਖਤ ਹੈ ਇਸ ਵੇਲੇ, ਕਾਨੂੰਨ 'ਚ ਅਸੀਂ ਨਹੀਂ, ਮੈਂ ਨਹੀਂ ਮੰਨਦੀ ਵੀ ਕਾਨੂੰਨ ਦੇ ਵਿੱਚ ਕੋਈ ਕਮੀ ਹੈ। ਹੋਰ ਤੁਹਾਨੂੰ ਮੈਂ ਇਹ 'ਚ ਇੰਪਲੀਮੈਂਟੇਸ਼ਨ 'ਚ ਇਹ ਦੱਸਦੀ ਹਾਂ ਵੀ ਜੇ ਕਿਸੇ ਲੜਕੀ ਨਾਲ ਇਹੋ ਜਿਹੀ ਅਣਸਖਾਵੀਂ ਘਟਨਾ ਵਾਪਰੀ ਹੈ ਅਤੇ ਉੱਥੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹ ਪੁਲਿਸ ਸਟੇਸ਼ਨ ਹੀ ਜਾਊਗੀ ਅਤੇ ਲਿਖਾਊਗੀ, ਪੁਲਿਸ ਨੂੰ ਉਹਦੇ ਘਰ ਆ ਕੇ ਬਿਆਨ ਲੈਣਾ ਪਊਗਾ ਜਾਂ ਜਿਹੜਾ ਵੀ ਪਲੇਸ ਉਹ ਕੰਫਰਟੇਬਲ ਮਹਿਸੂਸ ਕਰਦੀ ਆ ਉੱਥੇ ਜਾ ਕੇ ਪਰਦੇ ਦੇ ਵਿੱਚ ਉਹਦਾ ਬਿਆਨ ਲੈਣਾ ਚਾਹੀਦਾ ਪਊਗਾ। ਜੇ ਉਹ ਚਾਹੇ ਵੀ ਮੈਜਿਸਟਰੇਟ ਕੋਲੇ ਕਰਾਉਣੀ ਹੈ ਤਾਂ ਉਹਨੂੰ ਪਰਦੇ 'ਚ ਜਾ ਕੇ ਮੈਜਿਸਟਰੇਟ ਕੋਲ ਵੀ ਉਹਦਾ ਬਿਆਨ ਕਰਾਇਆ ਜਾਂਦਾ। ਇਹ ਜ਼ਰੂਰੀ ਨਹੀਂ ਹੈ ਕਿ ਉਹਨੂੰ ਹਰ ਟਾਈਮ ਉੱਥੇ ਪੁਲਿਸ ਸਟੇਸ਼ਨ ਹੀ ਜਾਣਾ ਪਵੇ, ਇਹ ਵੀ ਸਾਡੇ ਕੋਲ ਪ੍ਰੋਵੀਜ਼ਨ ਹੈਗਾ ਇਸ ਟਾਈਮ ਦੇ ਉੱਤੇ। ਪਹਿਲਾਂ ਵੀ ਇਹ ਕਾਨੂੰਨ 'ਚ ਪ੍ਰੋਵੀਜ਼ਨ ਕਰਤਾ ਸੀ 2013 ਤੋਂ ਬਾਅਦ ਵੀ ਜਿਹੜੀ ਵਿਮੈਨ ਹੈਗੀ ਆ ਜਾਂ ਮਾਈਨਰ ਨੇ ਜਾਂ ਬਜ਼ੁਰਗ ਹੈਗੇ ਆ ਉਹਨਾਂ ਦੀ ਸਟੇਟਮੈਂਟ ਜੇ ਪੁਲਿਸ ਨੇ ਲੈਣੀ ਹੈ ਅਤੇ ਤੁਸੀਂ ਉਹਨਾਂ ਦੇ ਘਰ ਜਾ ਕੇ ਲੈਣੀ ਹੈ। ਇਹ ਸੈਕਸ਼ਨ 60 ਦੇ ਵਿੱਚ 160 'ਚ ਪ੍ਰੋਵੀਜ਼ਨ ਆਲਰੇਡੀ ਹੈਗਾ ਸੀ ਪਹਿਲਾਂ ਵੀ। ਅਜਿਹੀਆਂ ਲੜਕੀਆਂ ਵੀ ਹੁੰਦੀਆਂ ਜਿਨ੍ਹਾਂ ਨਾਲ ਅਜਿਹੀ ਘਟਨਾ ਹੁੰਦੀ ਹੈ ਪਰ ਉਹ ਇਸ ਦੇ ਉੱਤੇ ਬੋਲਦੀਆਂ ਨਹੀਂ ਹੈਗੀਆਂ ਜਾਂ ਅੱਗੇ ਨਹੀਂ ਆਉਂਦੀਆਂ ਜਾਂ ਪਰਿਵਾਰ ਉਹਨਾਂ ਨੂੰ ਕਹਿੰਦੇ ਆ ਕਿ ਤੂੰ ਅੱਗੇ ਜਾ ਕੇ ਨਾ ਬੋਲ, ਕਿ ਇੱਕ ਇੱਜ਼ਤ ਨੂੰ ਲੈ ਕੇ ਜਾਂ ਸ਼ਰਮਨਾਕ ਘਟਨਾ ਹੋਈ ਹੈ ਕਿ ਅਸੀਂ ਕਿਉਂ ਬੋਲੀਏ, ਉਹ ਕਿਸ ਤਰ੍ਹਾਂ ਡੀਲ ਕਰ ਸਕਦੇ ਨੇ। ਇਹ ਹਾਂਜੀ, ਇਹ ਤਾਂ ਗੱਲ ਤੁਹਾਡੀ ਠੀਕ ਹੈ ਜੀ ਵੀ ਇਸ ਵੇਲੇ ਰਿਐਲਿਟੀ ਤਾਂ ਇਹੀ ਹੈ ਵੀ ਜਿਹੜੇ ਬਹੁਤ ਸਾਰੀ ਲੜਕੀਆਂ ਜਿਨ੍ਹਾਂ ਦੇ ਨਾਲ ਰਿਐਲਿਟੀ 'ਚ ਰੇਪ ਹੁੰਦਾ ਉਹ ਕਦੀ ਸਾਹਮਣੇ ਹੀ ਨਹੀਂ ਆਉਂਦੇ, ਠੀਕ ਹੈ, ਉਹ ਆ ਕੇ ਕਦੀ ਵੀ, ਕਿਉਂਕਿ ਐਵਰੀ ਟਾਈਮ ਉਹ ਤੋਂ ਕੀ ਸਵਾਲ ਪੁੱਛੇ ਜਾਣਗੇ ਉੱਥੇ, ਹੈ ਨਾ, ਉਹ ਇਸ ਚੀਜ਼ ਨੂੰ ਜਿੰਨੀ ਵਾਰੀ ਉਹ ਕੋਰਟ 'ਚ ਜਾਊਗੀ ਲੜਕੀ ਉੰਨੀ ਵਾਰੀ ਤੁਸੀਂ ਕਹੋ ਕਿ ਉਹਦਾ ਸਾਈਕੋਲੋਜੀਕਲ ਜਾਂ ਮੈਂਟਲ ਇਫੈਕਟ ਜਿਹੜਾ ਉਹ ਬਹੁਤ ਹੁੰਦਾ, ਕਿਉਂਕਿ ਜਿਹੜਾ ਰੇਪ ਦਾ ਟਰੋਮਾ ਹੁੰਦਾ ਨਾ ਉਹ ਲੜਕੀਆਂ ਬਹੁਤ, ਈਵਨ ਮੋਲੈਸਟੇਸ਼ਨ ਕੇਸ ਦਾ ਵੀ ਟਰੋਮਾ ਜਿਹੜਾ ਹੁੰਦਾ ਉਹ ਬੜਾ ਦੇਰ ਤੱਕ ਚੱਲਦਾ, ਡਿਪਰੈਸ਼ਨ 'ਚ ਰਹਿੰਦੇ ਆ ਲੜਕੀਆਂ, ਠੀਕ ਹੈ, ਉਹਦੇ ਵਾਸਤੇ
ਉਹਨਾਂ ਦੇ ਮਾਂ ਬਾਪ ਇਹੀ ਕਹਿੰਦੇ ਆ ਕਿ ਅਸੀਂ ਨਾ ਦੱਸੀਏ, ਕਿਉਂਕਿ ਅੱਜ ਵੀ ਸਾਡਾ ਐਗਜ਼ੀਕਿਊਸ਼ਨ ਜਿਹੜਾ ਨਾ ਉਹ ਮਾੜਾ, ਐਗਜ਼ੀਕਿਊਸ਼ਨ ਇਹੋ ਮਾੜਾ ਵੀ ਮੰਨ ਲਓ ਇਹੋ ਜਿਹੀ ਘਟਨਾ ਹੋ ਜਾਂਦੀ ਹੈ, ਕੋਈ ਜੇ ਲੜਕੀ ਕਵੇ ਵੀ ਹਾਂਜੀ ਜੀ ਮੇਰੇ ਨਾਲ ਇਹੋ ਜਿਹੀ ਘਟਨਾ ਹੋਈ ਆ, ਉਹ ਆ ਕੇ ਦੱਸੇ, ਜਿਹੜੀਆਂ ਮੈਟਰੋ ਸਿਟੀਜ਼ ਹੈਗੀਆਂ ਉੱਥੇ ਤਾਂ ਪੁਲਿਸ ਪਹੁੰਚ ਜਾਂਦੀ ਹੈ ਔਰ ਲੇਡੀ ਪੁਲਿਸ ਨਾਲ ਪਹੁੰਚਦੀ ਹੈ, ਉੱਥੇ ਅੰਦਰ ਆ ਕੇ ਉਹ ਲੈ ਲੈਂਦੇ ਆ। ਬਾਕੀ ਬਹੁਤ ਸਾਰੀ ਜਗ੍ਹਾ ਦੇ ਉੱਤੇ ਪੁਲਿਸ ਦਾ ਜਿਹੜਾ ਪ੍ਰਬੰਧ ਹੀ ਹੈ ਉਹ ਮਾੜਾ। ਇਹਦੇ 'ਚ ਇਹਨਾਂ ਨੂੰ ਲੇਡੀ ਪੁਲਿਸ ਹੋਰ ਇੰਪਲੋਏ ਕਰਨੀ ਚਾਹੀਦੀ ਹੈ। ਉਹਦੇ 'ਚ ਮੈਨੂੰ, ਮੈਂ ਤੁਹਾਨੂੰ ਇਹੀ ਕਹਾਂਗੀ ਕਿ ਉਹ ਸਪੈਸ਼ਲ ਇਸ ਓਫੈਂਸ ਨੂੰ ਡੀਲ ਕਰਨ ਵਾਸਤੇ ਉਹਨਾਂ ਨੂੰ ਸਪੈਸ਼ਲ ਪ੍ਰੋਗਰਾਮ, ਟ੍ਰੇਨਿੰਗ ਪ੍ਰੋਗਰਾਮ ਦੇਣੇ ਚਾਹੀਦੇ ਆ ਤਾਂ ਕਿ ਉਹਨਾਂ ਦੀ ਟ੍ਰੇਨਿੰਗ ਹੋਵੇ ਪ੍ਰੋਪਰ ਵੀ, ਕਿਉਂਕਿ ਇਹ ਤਾਂ ਆਲਰੇਡੀ ਹੈ ਵੀ ਉਹਦੀ ਆਈਡੈਂਟੀ ਦਾ ਡਿਸਕਲੋਜ਼ ਅੱਜ ਕੱਲ੍ਹ ਨਹੀਂ ਕਰਦੇ ਜਿੰਨੇ ਵੀ ਹੈ ਨਾ ਇਹਦੇ 'ਚ, ਨਾ ਤਾਂ ਲੜਕੀ ਦਾ ਨਾਮ ਦਿੱਤਾ ਜਾਂਦਾ, ਨਾ ਹੀ ਕੋਰਟ ਦੀ ਫਾਈਲ 'ਚ ਲੜਕੀ ਦਾ ਨਾਮ ਡਿਸਕਲੋਜ਼ ਕੀਤਾ ਜਾਂਦਾ। ਉੱਥੇ ਨਾ ਕ੍ਰੋਸ ਕ੍ਰੋਸ ਕਰਕੇ ਲਗਾਏ ਹੋਏ ਹੁੰਦੇ ਆ, ਲੜਕੀ ਦਾ ਨਾਮ ਨਹੀਂ ਡਿਸਕਲੋਜ਼ ਕੀਤਾ ਜਾਂਦਾ ਕਿਤੇ ਵੀ। ਇਹ ਕੁੜੀਆਂ 'ਚ ਅੱਜ ਇਹ ਹੁਣ ਇਸ ਵੇਲੇ ਕਾਨੂੰਨ 'ਚ ਪ੍ਰੋਵੀਜ਼ਨ ਹੈਗਾ ਜੇ ਕਿਸੇ ਲੜਕੀ ਨਾਲ ਕੋਈ ਇਹੋ ਜਿਹੀ ਦੁਰਘਟਨਾ ਹੁੰਦੀ ਹੈ ਤਾਂ ਉਹ ਲੜਕੀ ਜਿਹੜੀ ਉਹ ਪਰਦੇ 'ਚ ਰਹਿ ਕੇ ਵੀ ਤੁਸੀਂ ਕਹਿ ਲਓ ਕਿ ਉਹ ਆਪਣੀ ਸਜ਼ਾ ਆਰੋਪ ਉਹਨੂੰ ਦਵਾ ਸਕਦੀ ਹੈ ਮੁਜਰਮ ਨੂੰ। ਹਾਂਜੀ ਤਾਂ ਬਿਲਕੁਲ ਕਾਨੂੰਨ ਸਾਡੇ ਬਹੁਤ ਸਖਤ ਨੇ, ਪਰ ਉਸਨੂੰ ਕਿਵੇਂ ਕੰਮ ਲੈਣਾ ਹੈ, ਕੀ ਕਾਨੂੰਨ, ਇਸ ਬਾਰੇ ਤੁਹਾਨੂੰ ਅੱਜ ਦੱਸਿਆ ਕਿ ਕਿਸ ਤਰ੍ਹਾਂ ਇੱਕ ਲੜਕੀ ਦੇ ਨਾਲ ਜੇਕਰ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਉਹ ਕਿਸ ਤਰ੍ਹਾਂ ਇਸ ਨੂੰ ਪੁਲਿਸ ਦੇ ਕੋਲ ਜਾ ਕੇ ਬਿਆਨ ਕਰ ਸਕਦੀ ਹੈ, ਜਾਂ ਕਿਹੜੇ ਕਿਹੜੇ ਹੱਦ ਤੱਕ ਉਸ ਆਰੋਪੀ ਨੂੰ ਸਜ਼ਾ ਹੋ ਸਕਦੀ ਹੈ ਜਿਸਨੇ ਲੜਕੀ ਦੇ ਨਾਲ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ। ਵੀਡੀਓ ਜਰਨਲਿਸਟ ਲਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।